ਸਤਿ ਸ਼੍ਰੀ ਅਕਾਲ, ਨਿਊਜ਼ ਇਨ ਫੋਕਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਦੀਪਿਕਾ ਖੋਸਲਾ। ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਟਵੀਟ ਜੋ ਨੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮਚਾ ਦਿੰਦੇ ਨੇ, ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੰਦੇ ਨੇ। ਅਤੇ ਹੁਣ ਫਿਰ ਇੱਕ ਵਾਰ ਨਵਾਂ ਟਵੀਟ ਜੋ ਹੈ ਉਹ ਦਾਗਿਆ ਗਿਆ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਨਾਲ ਹੀ ਗੱਲ ਕਰਾਂਗੇ ਕਿਸਾਨ ਆਗੂਆਂ ਦੀ, ਕਿਉਂਕਿ ਜੋ ਅੰਦੋਲਨ ਹੈ ਉਹ ਜਿੱਤ ਚੁੱਕੇ ਨੇ, ਲੇਕਿਨ ਹੁਣ ਪੰਜਾਬ ਦੀ ਸਿਆਸਤ ਵਿੱਚ ਮੋਰੀ ਭੂਮਿਕਾ ਨਿਭਾਉਣਗੇ ਜਾਂ ਨਹੀਂ ਨਿਭਾਉਣਗੇ, ਇਸ ਉੱਤੇ ਹਰੇਕ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ, ਕਿਉਂਕਿ ਕਾਫੀ ਜੋ ਲੋਕ ਨੇ ਉਹ ਚਾਹੁੰਦੇ ਨੇ ਤੀਸਰਾ ਬਦਲ, ਔਰ ਕਿਸਾਨ ਆਗੂਆਂ ਨੂੰ ਹੱਲਾਸ਼ੇਰੀ ਵੀ ਮਿਲ ਰਹੀ ਹੈ, ਲੇਕਿਨ ਅੱਗੇ ਦੀ ਰਣਨੀਤੀ ਕੀ ਹੋਵੇਗੀ ਉਸ ਉੱਤੇ ਚਰਚਾ ਹੋਵੇਗੀ। ਅਤੇ ਨਾਲ ਹੀ ਗੱਲ ਕਰਾਂਗੇ ਅੱਜ ਰਾਘਵ ਚੱਡਾ ਦੇ ਵੱਲੋਂ, ਜੋ ਤੜਕਸਾਰ ਹੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਚੰਨੀ ਸਰਕਾਰ ਦੇ ਮੰਤਰੀਆਂ ਉੱਤੇ ਦੋਸ਼ ਲਗਾਏ ਸਨ, ਅਤੇ ਉਸ ਉੱਤੇ ਹੁਣ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਪਲਟਵਾਰ ਕੀਤਾ ਹੈ। ਤਮਾਮ ਮੁੱਦਿਆਂ ਉੱਤੇ ਚਰਚਾ ਹੋਵੇਗੀ। ਮੇਰੇ ਨਾਲ ਟੀਵੀ ਪੰਜਾਬ ਦੇ ਸੀਨੀਅਰ ਪੱਤਰਕਾਰ ਜਸਵੀਰ ਹੁਸੈਨ ਜੀ ਮੌਜੂਦ ਨੇ। ਜਸਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਦੀਪਿਕਾ ਜੀ, ਔਰ ਟੀਵੀ ਪੰਜਾਬ ਦੇ ਤਮਾਮ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤਾਂ ਜਸਵੀਰ ਜੀ, ਸਭ ਤੋਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਦੀ, ਚੋਣਾਂ ਨੇੜੇ ਨੇ ਔਰ ਜਿਸ ਤਰ੍ਹਾਂ ਦੇ ਟਵੀਟ ਸਾਹਮਣੇ ਆ ਰਹੇ ਨੇ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ, ਵੈਸੇ ਤਾਂ ਉਹ ਆਪਣੀਆਂ ਟਵੀਟ ਔਰ ਬਿਆਨਬਾਜ਼ੀਆਂ ਕਾਰਨ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਨੇ, ਪਰ ਇੱਕ ਵਾਰ ਫਿਰ ਤੋਂ ਟਵੀਟ ਦਾਗਿਆ ਗਿਆ ਹੈ, ਕੀ ਕਹੋਗੇ? ਦੀਪਿਕਾ ਜੀ, ਸਾਰੀ ਕਹਾਣੀ ਕੱਲ੍ਹ ਦੇ ਲਾਅ ਭਵਨ ਦੇ ਪ੍ਰੋਗਰਾਮ ਦੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ ਜੀ। ਕੱਲ੍ਹ ਜਿਸ ਤਰੀਕੇ ਨਾਲ ਲਾਅ ਭਵਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ 'ਤੇ ਹੱਲਾ ਬੋਲਦਿਆਂ ਹਾਈਕਮਾਨ ਦੇ ਉੱਤੇ ਇਹ ਕਹਿਤਾ ਕਿ ਮੈਂ ਕੋਈ ਸ਼ੋਅ ਪੀਸ ਥੋੜ੍ਹੀ ਹਾਂ ਜੀ, ਕਿ ਵਰਤਿਆ ਤੇ ਮੁੜ ਕੇ ਫਿਰ ਰੱਖ ਦਿੱਤਾ, ਮੈਂ ਸ਼ੋਅ ਪੀਸ ਬਣ ਕੇ ਨਹੀਂ ਰਹਿਣਾ, ਮੈਂ ਕੰਮ ਕਰਨ ਵਾਲਾ ਬੰਦਾ। ਔਰ ਸ਼ੋਅ ਪੀਸ ਵਾਲੀ ਗੱਲ 2019 ਦੇ ਵਿੱਚ ਵੀ ਚੱਲੀ ਸੀਗੀ। 19 ਦੇ ਵਿੱਚ ਕਾਂਗਰਸ ਹਾਈਕਮਾਨ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕਾਂ 'ਚ ਰੱਖਿਆ ਗਿਆ ਸੀਗਾ, ਸੂਚੀ ਦੇ ਵਿੱਚ ਉਹਨਾਂ ਦਾ ਨਾਮ ਸੀ, ਪਰ ਨਵਜੋਤ ਸਿੰਘ ਸਿੱਧੂ ਕਿਤੇ ਪ੍ਰਚਾਰ ਕਰਨ ਲਈ ਨਹੀਂ ਨਿਕਲੇ ਸੀਗੇ। ਕਾਰਨ, ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸ਼ੋਅ ਪੀਸ ਨਹੀਂ ਮੰਨਣਾ। ਬਾਅਦ 'ਚ ਥੋੜ੍ਹਾ ਬਹੁਤਾ ਮਨਾਇਆ ਜਾਂਦਾ ਹੈ, ਮਨਾਉਣ ਤੋਂ ਬਾਅਦ ਕੀ ਹੁੰਦਾ ਹੈ ਕਿ ਕੁਝ ਹਲਕਿਆਂ 'ਚ ਬਾਹਰ ਪ੍ਰਚਾਰ ਕਰਕੇ ਆਉਂਦੇ, ਪੰਜਾਬ ਦੇ ਵਿੱਚ ਆਣ ਕੇ ਜਿਹੜਾ ਆ ਉਹ ਖਾਸ ਤੌਰ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਪ੍ਰਚਾਰ ਕਰਦੇ ਆ। ਸੋ ਇੱਦਾਂ ਦੀਆਂ ਚਰਚਾਵਾਂ ਵੀ ਜਿਹੜੀਆਂ ਉਹ ਚੱਲੀਆਂ। ਫਿਰ ਉਸ ਤੋਂ ਬਾਅਦ ਉਹ 75-25 ਵਾਲੇ ਮਾਮਲੇ ਦਾ ਕਰਕੇ ਫਿਰ ਪੇਚਾ ਫਸ ਗਿਆ ਕੈਪਟਨ ਅਮਰਿੰਦਰ ਸਿੰਘ ਨਾਲ, ਅਤੇ ਕੈਪਟਨ ਨੇ ਉਸੇ ਵੇਲੇ ਹੀ ਕਹਿਤਾ ਸੀਗਾ ਕਿ ਸਿੱਧੂ ਮੇਰੀ ਕੁਰਸੀ 'ਤੇ ਬੈਠਣਾ ਚਾਹੁੰਦਾ, ਰੇੜਕਾ ਉੱਥੇ ਵਧਿਆ ਸੀਗਾ। ਫਿਰ ਉਹਦੇ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਆਈਆਂ ਵਿਧਾਨ ਸਭਾ ਦੀਆਂ, ਨਵਜੋਤ ਸਿੰਘ ਸਿੱਧੂ ਦਾ ਨਾਮ ਫਿਰ ਸਟਾਰ ਪ੍ਰਚਾਰਕਾਂ 'ਚ ਸੀਗਾ, ਨਵਜੋਤ ਸਿੰਘ ਸਿੱਧੂ ਉੱਥੇ ਪ੍ਰਚਾਰ ਕਰਨ ਲਈ ਗਿਆ ਜੀ। ਫਿਰ ਚਰਚਾ ਇਹ ਚੱਲਦੀ ਸੀ ਕਿ ਸ਼ਾਇਦ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਜਾ ਸਕਦੇ ਨੇ, ਇਸ ਕਰਕੇ ਪ੍ਰਚਾਰ ਨਹੀਂ ਕਰ ਰਹੇ, ਪਰ ਸਿੱਧੂ ਨਹੀਂ ਗਿਆ। ਸਿੱਧੂ ਨੇ ਉਦੋਂ ਵੀ ਇਹੀ ਗੱਲ ਕਹੀ ਸੀ, ਮੈਂ ਸ਼ੋਅ ਪੀਸ ਨਹੀਂ ਹਾਂ ਕਿ ਜਦੋਂ ਤੁਹਾਡੀਆਂ ਚੋਣਾਂ ਆਉਣ 'ਤੇ ਸਟਾਰ ਪ੍ਰਚਾਰਕ ਬਣ ਕੇ ਉੱਥੇ ਕੰਮ ਕਰਾਂ ਅਤੇ ਮੁੜ ਕੇ ਬੈਠਾ ਰਹਾਂ। ਹੁਣ ਉਸ ਸਭ ਤੋਂ ਬਾਅਦ ਕੱਲ੍ਹ ਫਿਰ ਉਹਨਾਂ ਨੇ ਉਹ ਲਾਅ ਭਵਨ ਦੇ ਵਿੱਚ ਇਹੀ ਗੱਲ ਕਹੀ ਕਿ ਮੈਂ ਸ਼ੋਅ ਪੀਸ ਨਹੀਂ ਬਣਨਾ ਚਾਹੁੰਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੇਰੇ ਹੱਥ 'ਚ ਤਾਕਤ ਨਹੀਂ ਆ, ਸੰਗਠਨ ਦੀ ਤਾਕਤ ਹੈ, ਅਤੇ ਜੇ ਪ੍ਰਸ਼ਾਸਨਿਕ ਤਾਕਤ ਹੋਵੇ ਤਾਂ ਮੈਂ ਬੜਾ ਕੁਝ ਕਰ ਸਕਦਾ, ਪ੍ਰਸ਼ਾਸਨਿਕ ਤਾਕਤ ਮੇਰੇ ਕੋਲ ਹੈ ਨਹੀਂ ਹੈ। ਮਤਲਬ ਸਿੱਧੂ ਚਾਹੁੰਦੇ ਆ ਕਿ ਤਾਕਤ ਉਹਨਾਂ ਦੇ ਕੋਲ ਹੋਵੇ ਮੁੱਖ ਮੰਤਰੀ ਦੇ ਅਹੁਦੇ ਲਈ, ਦਾਅਵੇਦਾਰੀ ਬਹੁਤ ਸਾਰੇ ਲੋਕ ਕਹਿੰਦੇ ਕਿ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੇ ਜਿਤਾਤੀ ਆ। ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਚੱਲੀਆਂ ਤਾਂ ਫਿਰ ਕਨਸੋਹਾਂ ਤੁਰਨੀਆਂ ਸ਼ੁਰੂ ਹੋ ਗਈਆਂ ਦੀਪਿਕਾ ਜੀ, ਕਿ ਕੀ ਨਵਜੋਤ ਸਿੰਘ ਸਿੱਧੂ ਹੁਰੀ ਪਾਰਟੀ ਛੱਡ ਰਿਹਾ, ਕੀ ਨਵਜੋਤ ਸਿੰਘ ਸਿੱਧੂ ਹੁਰੀ ਕਿਸੇ ਹੋਰ ਪਾਸੇ ਜਾ ਰਹੇ, ਕਿਉਂਕਿ ਆਮ ਆਦਮੀ ਪਾਰਟੀ ਬੜਾ ਪ੍ਰਚਾਰ ਕਰਦੀ ਹੈ ਕਿ ਸਿੱਧੂ ਸਾਡੀ ਪਾਰਟੀ 'ਚ ਆਉਣਾ ਚਾਹੁੰਦਾ। ਬਕਾਇਦਾ ਆਪ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ
ਮੁਲਾਕਾਤਾਂ ਹੋਈਆਂ ਸੀ, ਆਉਣਾ ਤਾਂ ਚਾਹੁੰਦੇ ਸੀਗੇ, ਪਰ ਹੁਣ ਲੱਗਦਾ ਕਿ ਉਹਨਾਂ ਨੇ ਕਾਂਗਰਸ ਦੇ ਵਿੱਚ ਹੀ ਆਪਣਾ ਪੱਕਾ ਘਰ ਬਣਾ ਲਿਆ, ਜਾਂ ਕਹਿ ਲਓ ਕਿ ਉਹ ਖੁਸ਼ ਨੇ, ਠੀਕ ਨੇ, ਉਹ ਹੁਣ ਆਉਣਾ ਨਹੀਂ ਚਾਹੁੰਦੇ, ਪਰ ਕਿਸੇ ਸਮੇਂ ਆਉਣਾ ਚਾਹੁੰਦੇ ਸੀ। ਇਹ ਗੱਲ ਅਰਵਿੰਦ ਕੇਜਰੀਵਾਲ ਨੇ ਕਹੀ ਸੀ ਅਤੇ ਉਹ ਚਰਚਾ ਲਗਾਤਾਰ ਚੱਲੀ ਜਦੋਂ ਵੀ ਆਪਣੀ ਸਰਕਾਰ ਨੂੰ ਸਿੱਧੂ ਘੇਰਦੇ ਸੀਗੇ ਕਿ ਸ਼ਾਇਦ ਸਿੱਧੂ ਅੱਜ ਵੀ ਆਮ ਆਦਮੀ ਪਾਰਟੀ 'ਚ ਗਿਆ ਅਤੇ ਭਲਕੇ ਵੀ ਆਮ ਆਦਮੀ ਪਾਰਟੀ 'ਚ ਗਿਆ ਜੀ। ਉਹਨਾਂ ਚਰਚਾਵਾਂ ਨੂੰ ਵਿਰਾਮ ਲਾਉਂਦਿਆਂ ਬਕਾਇਦਾ ਇਸ ਸਮਾਗਮ ਦੀ ਵੀਡੀਓ ਪੋਸਟ ਕਰਦਿਆਂ ਟਵੀਟ ਕਰਦਿਆਂ ਸਿੱਧੂ ਨੇ ਇਹ ਲਿਖਿਆ ਆ ਕਿ ਮੈਂ ਆਪਣੀ ਰਾਹ 'ਤੇ ਬਾਦਸਤੂਰ ਜਿਹੜਾ ਚੱਲਦਾ ਰਹਾਂਗਾ, ਜੋ ਮਰਜ਼ੀ ਹੋ ਜਾਵੇ, ਪੰਜਾਬ ਮਿਸ਼ਨ ਦੀ ਗੱਲ ਕਰਾਂਗਾ ਅਤੇ ਪੰਜਾਬ ਮਿਸ਼ਨ ਦੀ ਗੱਲ ਕਰਦਾ ਹੋਇਆਂ ਪਾਰਟੀ ਤੋਂ ਅਲੈਦਾ ਨਹੀਂ ਹੋਵਾਂਗਾ, ਅਹੁਦਿਆਂ ਦੀ ਮੈਨੂੰ ਕੋਈ ਲਾਲਸਾ ਨਹੀਂ ਆ, ਅਹੁਦਾ ਮਿਲੇ ਭਾਵੇਂ ਨਾ ਮਿਲੇ, ਆਖਰੀ ਸਾਹਾਂ ਤੱਕ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਮੈਂ ਕੰਮ ਕਰਦਾ ਰਹਾਂਗਾ, ਉਹਨਾਂ ਦੇ ਵਰਕਰ ਦੇ ਤੌਰ 'ਤੇ ਕੰਮ ਕਰਦਾ ਰਹਾਂਗਾ। ਇਹ ਸੁਨੇਹਾ ਆ ਉਹਨਾਂ ਲੋਕਾਂ ਲਈ ਨਵਜੋਤ ਸਿੰਘ ਸਿੱਧੂ ਦਾ ਜਿਹੜੇ ਇਹ ਲਗਾਤਾਰ ਕਿਆਸ ਲਾ ਰਹੇ ਨੇ, ਜਾਂ ਫਿਰ ਜਿਹੜੇ ਕਹਿ ਰਹੇ ਨੇ ਕਿ ਸਾਡੀ ਪਾਰਟੀ 'ਚ ਆਉਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਸੁਨੇਹਾ ਆ ਕਿ ਭਾਵੇਂ ਮੈਨੂੰ ਕੁਝ ਮਿਲੇ ਅਤੇ ਭਾਵੇਂ ਨਾ ਮਿਲੇ, ਮੇਰੀ ਆਖਰੀ ਪਾਰਟੀ ਜਿਹੜੀ ਇਸ ਸਮੇਂ ਕਾਂਗਰਸ ਹੋਏਗੀ। ਪਰ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਸਮਾਗਮ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ ਸੀਗੀ ਕਿ ਮੈਂ ਪ੍ਰਿਯੰਕਾ ਗਾਂਧੀ ਅਤੇ ਨਾਲ ਰਾਹੁਲ ਗਾਂਧੀ ਹੋਰਾਂ ਦਾ ਕਾਰਕੁਨ ਬਣ ਕੇ ਚੱਲਾਂਗਾ, ਪਰ ਪੰਜਾਬ ਮਿਸ਼ਨ ਦੀ ਜੇ ਗੱਲ ਕਰਨਗੇ, ਜੇ ਪੰਜਾਬ ਦੀ ਗੱਲ ਕਰਨਗੇ, ਅਤੇ ਜੇ ਭੜਕ ਨੂੰ ਲੱਗਾ ਸਿੱਧੂ ਹੋਰਾਂ ਨੂੰ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤਾਂ ਪੰਜਾਬ ਦੀ ਗੱਲ ਕਰਦੇ ਨੇ, ਤਾਂ ਕੀ ਨਵਜੋਤ ਸਿੰਘ ਸਿੱਧੂ ਪਾਰਟੀ ਛੱਡ ਦੇਣਗੇ? ਇਹ ਬਹੁਤ ਵੱਡਾ ਸਵਾਲ ਹੈ। ਪਰ ਇਹਨਾਂ ਦੇ ਟਵੀਟ ਜਿਹੜੇ ਆ ਉਹ ਨਵੀਂ ਤੋਂ ਨਵੀਂ ਚਰਚਾ ਛੇੜਦੇ ਨੇ ਦੀਪਿਕਾ ਜੀ, ਇਸ ਕਰਕੇ ਸਾਡੇ ਲਈ ਵੀ ਮਜਬੂਰੀ ਹੋ ਜਾਂਦੀ ਹੈ ਅਤੇ ਉਹਨਾਂ ਦੇ ਉੱਤੇ ਚਰਚਾ ਲਾਜ਼ਮੀ ਤੌਰ 'ਤੇ ਕੀਤੀ ਜਾਵੇ ਜੀ। ਬਿਲਕੁਲ, ਔਰ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਅੱਗੇ ਕਾਂਗਰਸ ਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਹਜੇ ਤੱਕ ਜਿਸ ਤਰ੍ਹਾਂ ਦੀ ਸਿਚੁਏਸ਼ਨ ਜਸਵੀਰ ਜੀ ਦੇਖਣ ਨੂੰ ਮਿਲ ਰਹੀ ਹੈ, ਬੇਸ਼ੱਕ ਨਵਜੋਤ ਸਿੰਘ ਸਿੱਧੂ ਅੱਗੇ ਵੱਧਦੇ ਨੇ, ਪਰ ਕਿਤੇ ਨਾ ਕਿਤੇ ਹਾਈਕਮਾਨ ਕਹਿ ਲਓ ਜਾਂ ਹਰੀਸ਼ ਚੌਧਰੀ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਜੋ ਇੰਚਾਰਜ ਨੇ, ਕਿਤੇ ਨਾ ਕਿਤੇ ਬੇੜੀਆਂ ਜ਼ਰੂਰ ਬਣਦੇ ਹੋਏ ਦਿਖਾਈ ਦੇ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਲਿਸਟਾਂ ਜਾਂਦੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ, ਪਰ ਉਹ ਲਿਸਟਾਂ ਚੇਂਜ ਹੋ ਜਾਂਦੀਆਂ ਨੇ, ਔਰ ਸ਼ਾਇਦ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜੋ ਆਗੂ ਨੇ, ਵਿਧਾਇਕ ਨੇ, ਉਹਨਾਂ ਨੂੰ ਨਾਰਾਜ਼ ਵੀ ਹਾਈਕਮਾਨ ਨਹੀਂ ਕਰਨਾ ਚਾਹੁੰਦੇ, ਸਿਰਫ ਇੱਕ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ। ਇਸ ਉੱਤੇ ਕੀ ਕਹਿਣਾ ਚਾਹੋਗੇ? ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਸਿੱਧੂ ਨੇ ਇੱਕ ਫਾਰਮੂਲਾ ਘੜਿਆ ਸੀਗਾ ਕਿ ਲਓ ਭਾਈ ਆਪਾਂ ਇੱਕ ਪ੍ਰਧਾਨ ਲਾਵਾਂਗੇ ਨਾਲ ਦੋ ਕਾਰਜਕਾਰੀ ਪ੍ਰਧਾਨ ਲਾਵਾਂਗੇ, ਜਿੱਦਾਂ ਮੇਰੇ ਮਾਮਲੇ 'ਚ ਕੀਤਾ ਜੀ, ਮੈਨੂੰ PPC ਪ੍ਰਧਾਨ ਬਣਾਇਆ, ਮੇਰੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਲਾਏ, ਅਤੇ ਹੁਣ ਆਪਾਂ ਜ਼ਿਲ੍ਹਾ ਪੱਧਰੀ ਇਹ ਕੰਮ ਕਰਨਾ ਕਿ ਇੱਕ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਹੁੰਦਾ, ਇੱਕ ਦਿਹਾਤੀ ਪ੍ਰਧਾਨ ਹੁੰਦਾ, ਦੋ ਉਹ ਪ੍ਰਧਾਨ ਹੋਣਗੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਹੋਣਗੇ। ਇਹਦੇ ਨਾਲ ਅਹੁਦੇਦਾਰੀਆਂ ਵੀ ਵਧਣਗੀਆਂ, ਉਹਦੇ ਨਾਲ ਜ਼ਿੰਮੇਵਾਰੀਆਂ ਵੀ ਵਧਣਗੀਆਂ, ਅਤੇ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੀ ਕਾਂਗਰਸ। ਇਹ ਸਿੱਧੂ ਦਾ ਖਿਆਲ ਸੀ ਜੀ, ਪਰ ਇਸ ਫਾਈਲ ਨੂੰ ਉੱਥੇ ਹੀ ਰੋਕ ਦਿੱਤਾ ਗਿਆ, ਕਾਰਨ ਕਿ ਸਿੱਧੂ ਨੇ ਜਾਂ ਤਾਂ ਆਪਣੇ ਚਹੇਤਿਆਂ ਨੂੰ ਇਹਨਾਂ ਅਹੁਦੇਦਾਰੀਆਂ ਦੇ ਵਿੱਚ ਰੱਖਿਆ ਜਾਂ ਆਪਣੇ ਚਹੇਤਿਆਂ ਦੇ ਚਹੇਤਿਆਂ ਨੂੰ ਰੱਖਿਆ, ਇਹਦਾ ਕਰਕੇ ਬਹੁਤ ਸਾਰਿਆਂ ਨੇ ਇਤਰਾਜ਼ ਜਤਾਇਆ ਅਤੇ ਉੱਥੇ ਦੀ ਉੱਥੇ ਗੱਲ ਰਹਿ ਗਈ। ਹੁਣ ਕੀ ਕੀਤਾ ਕਿ ਉਹ ਫਾਰਮੂਲਾ ਨਾ ਲੈ ਕੇ ਕਾਂਗਰਸ ਦੇ ਵੱਲੋਂ ਓਬਜ਼ਰਵਰ ਲਗਾਉਣ ਦੀ ਜਿਹੜੀ ਆ ਉਹ ਨਿਯੁਕਤੀਆਂ ਕਰਨ ਦੀ ਕਾਰਵਾਈ ਜਿਹੜੀ ਆ ਉਹ ਚਲਾਈ ਜਾ ਰਹੀ ਹੈ। ਔਰ ਦੀਪਿਕਾ ਜੀ ਦੇਖੋ, ਇਸ ਸਭ ਦੇ ਦਰਮਿਆਨ ਇੱਕ ਹੋਰ ਖਬਰ ਜਿਹੜੀ ਆ ਉਹ ਹੁਣੇ ਹੁਣੇ ਨਿਕਲ ਕੇ ਆਈ ਹੈ ਕਿ ਕਾਂਗਰਸ ਨੇ ਸੁਨੀਲ ਜਾਖੜ ਨੂੰ ਵੀ ਐਕਟਿਵ ਕਰ ਲਿਆ ਜੀ। ਜਾਖੜ ਸਾਹਿਬ ਜਿਹਨਾਂ ਦਾ ਲੱਗਦਾ ਸੀਗਾ ਕਿ ਅਹੁਦਾ ਤਾਂ ਉਹਨਾਂ ਨੂੰ ਦੇ ਦਿੱਤਾ ਗਿਆ ਕੰਪੇਨ ਕਮੇਟੀ ਦਾ, ਪਰ ਉਹਨਾਂ ਨੇ ਅਹੁਦਾ ਸੰਭਾਲਿਆ ਨਹੀਂ, ਨਾ ਕੋਈ ਸਰਗਰਮੀ ਦਿਖਾ ਰਹੇ ਨੇ, ਚੁੱਪ ਗੁੱਪ ਬੈਠੇ ਨੇ। ਆਖਰ ਉਹਨਾਂ ਦੀ ਸਲਾਹ ਕੀ ਹੈ ਜੀ? ਅਖੀਰ ਸੁਨੀਲ ਜਾਖੜ ਹੋਰਾਂ ਨੇ ਹੁਣ 15 ਦਸੰਬਰ ਨੂੰ ਇਹ ਮੀਟਿੰਗ ਬੁਲਾ ਲਈ ਹੈ ਕਿ ਕੰਪੇਨ ਕਮੇਟੀ ਨੂੰ ਆਪਾਂ ਕਿਵੇਂ ਚਲਾਉਣਾ, ਕੰਪੇਨ ਕਿਵੇਂ ਆਰੰਭਣੀ ਆ, ਅਤੇ ਉਹਦੇ ਲਈ ਮੀਟਿੰਗ ਦੀ ਤਰੀਕ 15 ਦਸੰਬਰ ਜਿਹੜੀ ਉਹ ਤੈਅ ਕੀਤੀ ਗਈ ਆ। ਅਤੇ ਦੀਪਿਕਾ ਜੀ, ਜੇ ਜਾਖੜ ਹੋਰੀ ਵੀ ਸਰਗਰਮ ਹੁੰਦੇ ਆ, ਹੁਣ ਕਾਟੋ ਕਲੇਸ਼ ਤਾਂ ਜਾਖੜ ਸਾਹਿਬ ਅਤੇ ਸਿੱਧੂ ਹੋਰਾਂ ਦੇ ਦਰਮਿਆਨ ਵੀ ਕਾਫੀ ਰਿਹਾ, ਟਵੀਟੋ ਟਵੀਟੀ ਹੋ ਕੇ ਜੀ।
ਮੇਣਿਓ ਮੇਣੀ ਉੱਥੇ ਹੀ ਹੁੰਦੇ ਟਵੀਟ 'ਤੇ, ਟਵਿੱਟਰ 'ਤੇ। ਸੋ ਉਹ ਉਹਨਾਂ ਦੇ ਵਿੱਚ ਵੀ ਬਥੇਰੀਆਂ ਚੀਜ਼ਾਂ ਚੱਲਦੀਆਂ ਆ। ਹੁਣ ਮਸਲਾ ਇਹ ਖੜਾ ਹੋਣਾ ਕਿ ਧਿਰਾਂ ਇੱਕ ਨਹੀਂ ਦੋ ਨਹੀਂ ਹੋਣੀਆਂ, ਧਿਰਾਂ ਚਾਰ ਪੰਜ ਹੋ ਜਾਣੀਆਂ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਆਪਣਾ ਤਰੀਕਾ ਹੈ ਕੰਮ ਕਰਨ ਦਾ, ਉਹ ਆਪਣੇ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਹੁਣ ਸਿੱਧੂ ਹੋਰਾਂ ਦਾ ਆਪਣਾ ਤਰੀਕਾ ਕੰਮ ਕਰਨ ਦਾ, ਉਹ ਆਪਣੇ ਤਰੀਕੇ ਨਾਲ ਕੰਮ ਕਰਨਗੇ। ਚੰਨੀ ਹੋਰਾਂ ਦਾ ਆਪਣਾ ਤਰੀਕਾ, ਉਹ ਉੱਦਾਂ ਕਰਨਗੇ। ਹਰੀਸ਼ ਚੌਧਰੀ ਆਪਣੇ ਤਰੀਕੇ ਨਾਲ ਕੰਮ ਕਰਨਗੇ। ਸੁਨੀਲ ਜਾਖੜ ਆਪਣੇ ਤਰੀਕੇ ਨਾਲ ਕੰਮ ਕਰਨਗੇ। ਇਹ ਕਈ ਦਿਸ਼ਾਵੀ ਜਦੋਂ ਚੀਜ਼ਾਂ ਹੋਣਗੀਆਂ, ਇਹ ਕਾਂਗਰਸ ਦੇ ਪੱਖ 'ਚ ਵੀ ਭੁਗਤ ਸਕਦੀਆਂ ਨੇ ਅਤੇ ਕਾਂਗਰਸ ਲਈ ਮਾਰੂ ਵੀ ਸਾਬਤ ਹੋ ਸਕਦੀਆਂ ਨੇ। ਦੀਪਿਕਾ ਜੀ, ਸਿੱਧੂ ਲਈ ਕੁਝ ਹੋਵੇ ਨਾ ਹੋਵੇ, ਸਿੱਧੂ ਹਾਰਦਾ ਆ, ਸਿੱਧੂ ਜਿੱਤਦਾ, ਸਿੱਧੂ ਨੂੰ ਕੁਝ ਮਿਲਦਾ ਆ, ਨਹੀਂ ਮਿਲਦਾ, ਉਹ ਸਾਰੀਆਂ ਗੱਲਾਂ ਦੋਇਮ ਦਰਜੇ 'ਤੇ ਚਲੇ ਜਾਂਦੀਆਂ। ਕਾਂਗਰਸ ਦੁਬਾਰਾ ਸੱਤਾ 'ਚ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ, ਮੈਨੂੰ ਲੱਗਦਾ ਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਕਾਂਗਰਸ ਲਈ। ਉਹ ਭਾਵੇਂ ਸਿੱਧੂ ਆ, ਉਹ ਭਾਵੇਂ ਚੰਨੀ ਹੋਰੀ ਆ, ਭਾਵੇਂ ਹਰੀਸ਼ ਚੌਧਰੀ ਹੈ, ਭਾਵੇਂ ਸੁਨੀਲ ਜਾਖੜ ਹੈ, ਅਤੇ ਭਾਵੇਂ ਹਨ ਪ੍ਰਤਾਪ ਬਾਜਵਾ, ਅਤੇ ਜਾਂ ਫਿਰ ਹਾਈਕਮਾਨ ਹੈ। ਸੱਤਾ 'ਚ ਰਹਿਣਾ ਜਾਂ ਸੱਤਾ ਤੋਂ ਬਾਹਰ ਨਿਕਲਣਾ, ਇਹ ਜ਼ਿਆਦਾ ਮਹੱਤਵਪੂਰਨ ਆ। ਕਿਹੜੀ ਕੁਰਸੀ ਕਿਹਨੂੰ ਮਿਲਦੀ ਹੈ, ਇਹ ਮੈਨੂੰ ਲੱਗਦਾ ਕਿ ਸਾਡੇ ਲਈ ਹੋ ਸਕਦਾ ਕਿ ਮਹੱਤਵਪੂਰਨ ਨਾ ਹੋਵੇ, ਪਰ ਕੁਰਸੀ ਦੇ ਜਿਹੜੇ ਚਾਹਵਾਨ ਨੇ ਦੀਪਿਕਾ ਜੀ, ਉਹਨਾਂ ਲਈ ਕਿੱਦਾਂ ਇਹ ਚੀਜ਼ ਹੋ ਸਕਦੀ? ਉਹਨਾਂ ਲਈ ਕਾਂਗਰਸ ਦੋਇਮ ਦਰਜੇ 'ਤੇ ਆ, ਆਪਣਾ ਅਹੁਦਾ ਪਹਿਲੇ ਦਰਜੇ 'ਤੇ ਆ। ਬਿਲਕੁਲ ਜਸਵੀਰ ਜੀ, ਸਿਆਸਤਦਾਨਾਂ ਲਈ ਕੁਰਸੀ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਹੈ। ਪੰਜਾਬ ਦੇ ਮੁੱਦੇ ਤਾਂ ਬਾਅਦ ਦੀ ਗੱਲ ਹੈ ਖੈਰ, ਔਰ ਇਸੇ ਦਰਮਿਆਨ ਇੱਕ ਆਸ ਜੋ ਲੋਕ ਲਗਾ ਕੇ ਬੈਠ ਰਹੇ ਨੇ, ਜਿਸ ਤਰ੍ਹਾਂ ਦੀਆਂ ਚਰਚਾਵਾਂ ਵੀ ਛਿੜ ਰਹੀਆਂ ਨੇ ਕਿਸਾਨ ਆਗੂਆਂ ਦੀ, ਹਾਲਾਂਕਿ ਕੋਈ ਰਣਨੀਤੀ ਦੇ ਬਾਰੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਗੱਲਬਾਤ, ਉਹ ਜਦੋਂ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਸਾਰਾ ਜੋ ਚਰਚਾ ਹੈ ਉਹ ਸਾਹਮਣੇ ਨਿਕਲ ਕੇ ਆਏਗੀ। ਲੇਕਿਨ ਜੋ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਕਿਸਾਨ ਆਗੂ ਜੋ ਨੇ ਉਹ ਸਿਆਸਤ ਵਿੱਚ ਆਉਣੇ ਚਾਹੀਦੇ ਨੇ, ਪੰਜਾਬ ਦੀ ਸਿਆਸਤ ਬਦਲ ਕੇ ਰੱਖ ਦੇਣਗੇ ਇਹ ਸਿਆਸਤਦਾਨ ਅਗਰ ਬਣਦੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਸੂਝਬੂਝ ਦੀ ਇਹਨਾਂ ਨੇ ਕਹਿ ਲਓ ਕਿ ਉੱਥੇ ਉਦਾਹਰਣ ਪੇਸ਼ ਕੀਤੀ ਹੈ, ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਝੁਕਾ ਦਿੱਤਾ ਹੈ, ਇੱਕ ਸਾਲ ਜਿਸ ਠਰਮੇ ਨਾਲ ਉਹ ਬੈਠੇ ਰਹੇ ਨੇ, ਔਰ ਕੇਂਦਰ ਦੇ ਐਕਸਪਰਟਸ ਨੂੰ ਵੀ ਮਾਤ ਪਾ ਕੇ ਆ ਗਏ ਨੇ ਇਹ ਅਸੀਂ ਕਹਿ ਸਕਦੇ ਹਾਂ। ਉਹ ਲੋਕ ਜਿਹੜੇ ਇਹਨਾਂ ਨੂੰ ਦੇਸੀ ਕਹਿੰਦੇ ਸੀ, ਇਹ ਦੇਸੀ ਐਕਸਪਰਟਸ ਨੂੰ ਮਾਤ ਪਾ ਕੇ ਆ ਗਏ ਨੇ, ਤਾਂ ਬਹੁਤ ਜੋ ਕਹਿ ਲਓ ਕਿ ਸੰਭਾਵਨਾਵਾਂ ਹੁਣ ਇੱਥੇ ਵੀ ਲੋਕ ਇਹਨਾਂ ਵਿੱਚ ਦੇਖਣ ਲੱਗ ਪਏ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਅਸਲ 'ਚ ਪੰਜਾਬ ਦੇ ਵਿੱਚ ਇੱਕ ਸਿਆਸੀ ਖਲਾਅ ਹੈ ਦੀਪਿਕਾ ਜੀ, ਤੀਸਰੇ ਬਦਲ ਦਾ। ਕਿਸ ਕੋਈ ਸਮਾਂ ਸੀਗਾ ਕਾਂਗਰਸ ਅਕਾਲੀ ਦਲ ਤੋਂ ਅੱਕ ਕੇ ਲੋਕ ਤੀਸਰੇ ਬਦਲ ਦੀ ਭਾਲ 'ਚ ਸੀ, ਅਤੇ ਉਸ ਤੀਸਰੇ ਬਦਲ ਦਾ ਖਲਾਅ ਜਿਹੜਾ ਆ ਉਹ ਭਰਨ ਦੀ ਕੋਸ਼ਿਸ਼ ਕੀਤੀ ਪੀਪਲਸ ਪਾਰਟੀ ਆਫ ਪੰਜਾਬ, ਜਿਹੜੀ ਮਨਪ੍ਰੀਤ ਬਾਦਲ ਨੇ ਬਣਾਈ। ਪਰ ਹੋਇਆ ਕਿ ਉਹਦੇ ਵਿੱਚ ਉਹੀ ਰਵਾਇਤੀ ਪਾਰਟੀਆਂ ਦੇ ਕੱਢੇ ਵੱਢੇ ਹੋਏ ਬੰਦੇ ਜਿਹੜੇ ਉਹਨਾਂ ਨੇ ਰੱਖ ਲਿਆ, ਅਤੇ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਇਹ ਤਾਂ ਫਿਰ ਉਹੀ ਕੰਮ ਉਸੇ ਪਾਸੇ ਨੂੰ ਹੋ ਗਿਆ, ਬਦਲਾਅ ਥੋੜ੍ਹੀ ਹੋਇਆ, ਤੀਜਾ ਬਦਲ ਥੋੜ੍ਹੀ ਹੋ ਗਿਆ, ਸਗੋਂ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਇੱਧਰ ਆਣ ਕੇ ਆ ਗਏ ਆ। ਉਹ ਕਾਮਯਾਬ ਨਹੀਂ ਹੋਈ ਪਾਰਟੀ, 5-6% ਵੋਟ ਉਹਨੂੰ ਪਿਆ, ਪਰ ਸਥਿਤੀਆਂ ਇਹ ਬਣੀਆਂ ਕਿ 19 'ਚ ਜਾ ਕੇ ਮਨਪ੍ਰੀਤ ਬਾਦਲ ਕਾਂਗਰਸ ਵੱਲੋਂ ਚੋਣ ਲੜ ਲੈਂਦੇ ਆ। ਹੁਣ ਇਸ ਸਭ ਤੋਂ ਬਾਅਦ ਜਦੋਂ ਗੱਲ ਅੱਗੇ ਤੁਰਦੀ ਹੈ, ਅੱਗੇ ਤੁਰਦਿਆਂ ਤੁਰਦਿਆਂ ਲੋਕਾਂ ਨੂੰ ਇੱਕ ਸਮੇਂ ਲੱਗਦਾ ਕਿ ਆਮ ਆਦਮੀ ਪਾਰਟੀ ਸਾਡੇ ਲਈ ਤੀਜਾ ਬਦਲ ਹੋ ਸਕਦੀ ਹੈ। ਇਹੀ ਕਾਰਨ ਸੀ ਕਿ 14 ਦੇ ਵਿੱਚ ਜਿੱਥੇ ਮੁਲਕ ਭਰ 'ਚ ਕਿਤੇ ਕੋਈ ਠਾਰ ਨਹੀਂ ਮਿਲਦੀ ਆਮ ਆਦਮੀ ਪਾਰਟੀ ਨੂੰ, ਅਤੇ 4 MP ਬਣਦੇ ਆ ਪੰਜਾਬ ਦੇ ਵਿੱਚ। ਇਹੀ ਕਾਰਨ ਸੀ ਕਿ 2017 ਦੀਆਂ ਚੋਣਾਂ ਦੇ ਵਿੱਚ ਜਦੋਂ ਲੱਗਦਾ ਸੀਗਾ ਕਿ ਕੁਛ ਵੀ ਨਹੀਂ ਆ, ਅਤੇ ਆਮ ਆਦਮੀ ਪਾਰਟੀ 20 ਸੀਟਾਂ ਜਿੱਤਦੀ ਹੈ, ਭਾਵੇਂ ਸੱਤਾ 'ਚ ਆਉਣ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਬਣੀਆਂ ਸੀ, ਜੇ ਥੋੜ੍ਹਾ ਬਹੁਤਾ ਵੀ ਇੱਧਰ ਉੱਧਰ ਗੱਲਾਂ ਹੋ ਜਾਂਦੀਆਂ ਤਾਂ ਸੱਤਾ 'ਚ ਆ ਵੀ ਸਕਦੀ ਸੀ ਆਮ ਆਦਮੀ ਪਾਰਟੀ। ਇਹ ਚਰਚਾ ਲਗਾਤਾਰ ਸਿਖਰ 'ਤੇ ਸੀਗੇ ਜੀ, ਪਰ ਹੋਇਆ ਕਿ ਉਦੋਂ ਬਾਅਦ ਲੋਕਾਂ ਨੂੰ ਲੱਗਾ ਕਿ ਨਹੀਂ,
ਆਮ ਆਦਮੀ ਪਾਰਟੀ ਦੀ ਵੀ ਉਸ ਸਮੇਂ ਤੋਂ ਬਾਅਦ ਕਾਰਗੁਜ਼ਾਰੀ ਉਹਦੀ ਟੁੱਟ ਭੱਜ, ਬੜਾ ਕੁਝ ਹੋਇਆ, ਬੜੀਆਂ ਗੱਲਾਂ ਉਹਦੇ ਚੋਂ ਨਿਕਲ ਕੇ ਆਈਆਂ, ਲੋਕਾਂ ਨੂੰ ਲੱਗਾ ਕਿ ਨਹੀਂ ਸ਼ਾਇਦ ਇਹ ਪਾਰਟੀ ਵੀ ਸਾਡਾ ਤੀਜੇ ਬਦਲ ਵਾਲਾ ਖਿਲਾਫ ਭਰਨ ਵਾਲੀ ਨਹੀਂ ਹੈ। ਹੁਣ ਆ ਜਦੋਂ ਅੰਦੋਲਨ ਚੱਲਿਆ ਦੀਪਿਕਾ ਜੀ, ਇਸ ਅੰਦੋਲਨ ਦੇ ਅਗਵਾਈ ਕਰਨ ਵਾਲੇ ਜਿਹੜੇ ਕਿਸਾਨ ਆਗੂ ਹੈ, ਲੋਕ ਉਹਨਾਂ ਵੱਲ ਆਸ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ। ਲੋਕਾਂ ਨੂੰ ਲੱਗਦਾ ਕਿ ਏਡੀ ਵੱਡੀ ਲੜਾਈ ਜਿਹਦੇ ਵਿੱਚ ਜਿੱਤ ਦੀ ਆਸ ਮਾਤਰ 1% ਹੀ, ਆਪਾਂ ਕਹਿ ਸਕਦੇ ਕਿ 99% ਹੀ ਸੀ ਕਿ ਜੰਗ ਜਿੱਤੀ ਨਹੀਂ ਜਾ ਸਕੇਗੀ ਜਦ ਤੱਕ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਵਾਲੀ ਸਰਕਾਰ ਬੈਠੀ ਹੈ। ਉਹ 1% ਤੋਂ ਉਹਨੂੰ 100% ਕਰਨ ਦੇ ਵਿੱਚ ਇਹਨਾਂ ਕਿਸਾਨ ਆਗੂਆਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਸਾਡੀਆਂ ਸਮੱਸਿਆਵਾਂ, ਉਹਨਾਂ ਦਾ ਹੱਲ ਕਰਨ ਲਈ ਹੋ ਸਕਦਾ ਕਿ ਕਿਸਾਨ ਆਗੂ ਜੇ ਸਿਆਸਤ 'ਚ ਆਉਣ ਤਾਂ ਸਾਡੇ ਲਈ ਚੰਗੀ ਠਾਰ ਬਣ ਸਕਦੇ, ਸਾਡੇ ਮਸਲਿਆਂ ਦਾ ਹੱਲ ਕਰ ਸਕਦੇ ਨੇ। ਹੁਣ ਉਹਨਾਂ ਸਾਰੀਆਂ ਸੰਭਾਵਨਾਵਾਂ ਦੇ ਵਿੱਚ ਬਲ ਇੱਕ ਇਸ ਤਰੀਕੇ ਦਾ ਮਿਲਣਾ ਸ਼ੁਰੂ ਹੋ ਜਾਂਦਾ ਜਦੋਂ ਗੁਰਨਾਮ ਸਿੰਘ ਚੜੂਨੀ ਕਹਿੰਦੇ ਕਿ ਆਪਾਂ ਤਾਂ ਪਾਰਟੀ ਬਣਾ ਲਈ ਲਗਭਗ, ਅਤੇ ਪੰਜਾਬ ਦੇ ਵਿੱਚ ਚੋਣ ਪ੍ਰਕਿਰਿਆ ਆਪਾਂ ਤਾਂ ਸ਼ੁਰੂ ਕਰਨ ਲੱਗੇ, ਸਰਗਰਮੀਆਂ ਦਿਖਾਉਣ ਲੱਗੇ ਹਾਂ। ਫਿਰ ਚਰਚਾ ਚੱਲਦੀ ਬਲਬੀਰ ਸਿੰਘ ਰਾਜੇਵਾਲ ਹੋਰੀ ਵੀ ਗਰਮ ਹਨ, ਫਿਰ ਚਰਚਾ ਚੱਲਦੀ ਹੈ ਕਿ ਕੁਝ ਹੋਰ ਜਥੇਬੰਦੀਆਂ ਨੇ ਵੀ ਇਹ ਵਿਉਂਤਬੰਦੀ ਘੜਨੀ ਸ਼ੁਰੂ ਕਰ ਦਿੱਤੀ ਹੈ, ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਏਗੀ ਕਿ ਸਿਆਸਤ ਦੇ ਵਿੱਚ ਪੱਕੇ ਤੌਰ 'ਤੇ ਆਪਣੀ ਧਿਰ ਬਣਾ ਕੇ ਅਸੀਂ ਮੈਦਾਨ 'ਚ ਨਿੱਤਰਨਾ ਆ, ਹਾਰ ਜਿੱਤ ਸਾਰੀ ਇੱਕ ਪਾਸੇ, ਅਸੀਂ ਹੁਣ ਨੀਤੀ ਘਾੜਿਆਂ ਦੇ ਵਿੱਚ ਸ਼ਾਮਿਲ ਹੋਣਾ ਆ, ਨੀਤੀਆਂ ਦੇ ਸ਼ਿਕਾਰ ਨਹੀਂ ਬਣਨਾ ਜੀ, ਨੀਤੀਆਂ ਦਾ ਜਿਹੜਾ ਆ ਉਹ ਸਾਡੇ ਉੱਤੇ ਬੋਝ ਨਹੀਂ ਹੋਣਾ ਚਾਹੀਦਾ, ਬਲਕਿ ਅਸੀਂ ਆਪਣੇ ਲਈ ਆਪ ਨੀਤੀਆਂ ਘੜਨ ਵਾਲੇ ਬਣਨਾ। ਇਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰੀਕੇ ਦੇ ਬਦਲਾਅ ਹੋਣ ਦੀਆਂ ਸੰਭਾਵਨਾਵਾਂ ਆ। ਚਰਚਾ ਇਹ ਚੱਲ ਰਹੀ ਹੈ ਕਿ 2-4 ਦਿਨ ਦੇ ਇੰਤਜ਼ਾਰ ਤੋਂ ਬਾਅਦ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਕੋਈ ਇਹੋ ਜਿਹਾ ਐਲਾਨ ਕਰ ਦੇਵੇ ਜੇ ਇਸ ਐਲਾਨ ਦੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੀ ਕੋਈ ਪਾਰਟੀ ਮਿਲ ਜਾਵੇ ਜੀ। ਪਰ ਜੇ ਦੂਜੇ ਪਾਸੇ ਆਪਾਂ ਇਹ ਚਰਚਾ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਿਸੇ ਪਾਰਟੀ ਦੇ ਚਿਹਰੇ ਬਣ ਕੇ ਮੈਦਾਨ 'ਚ ਨਿਤਰਨਗੇ, ਜਿੱਦਾਂ ਆਮ ਚਰਚਾ ਚੱਲਦੀ ਬਲਬੀਰ ਸਿੰਘ ਰਾਜੇਵਾਲ ਦੀ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਜੀ, ਤਾਂ ਮੈਨੂੰ ਲੱਗਦਾ ਕਿ ਉੱਥੇ ਬਹੁਤ ਸਾਰੀਆਂ ਦਿੱਕਤਾਂ ਦਰਪੇਸ਼ ਆਉਣਗੀਆਂ। ਕਿ ਪਿੰਡਾਂ ਥਾਵਾਂ ਦੇ ਲੋਕ ਕਹਿਣਗੇ ਕਿ ਜਿਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਭਜਾਇਆ ਸੀ ਇਸੇ ਕਿਸਾਨ ਅੰਦੋਲਨ ਦਾ ਕਰਕੇ, ਇਸੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂ ਜਿਹੜੇ ਜੇ ਉਸੇ ਸਿਆਸੀ ਪਾਰਟੀ ਦੇ ਵਿੱਚ ਆਉਣਗੇ ਤੇ ਅਸੀਂ ਉਹਨਾਂ ਨੂੰ ਕਿਹੜੇ ਮੂੰਹ ਨਾਲ ਜੀਆਂ ਆਖਾਂਗੇ। ਮਨਜੀਤ ਸਿੰਘ ਬਿਲਾਸਪੁਰ ਨੂੰ ਭਜਾਇਆ ਸੀ ਨਾ ਆਮ ਆਦਮੀ ਪਾਰਟੀ ਵਾਲੇ ਨੂੰ, ਸੋ ਇਸ ਕਰਕੇ ਜੇ ਆਮ ਆਦਮੀ ਪਾਰਟੀ 'ਚ ਜਾਂਦੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾਂਦੇ ਤਾਂ ਫਿਰ ਆਗੂਆਂ ਦੇ ਵਾਸਤੇ ਵੀ ਸਥਿਤੀਆਂ ਕੋਈ ਬਹੁਤੀਆਂ ਸੁਖਾਲੀਆਂ ਨਹੀਂ ਹੋਣਗੀਆਂ, ਪੰਜਾਬ ਦੇ ਲੋਕ ਵੀ ਦੁਚਿੱਤੀ 'ਚ ਰਹਿਣਗੇ। ਇਸ ਕਰਕੇ ਦੀਪਕਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈ ਜਾਣਗੇ ਅਤੇ ਉਹ ਫੈਸਲੇ ਪੰਜਾਬ ਦੀ ਸਿਆਸਤ ਨੂੰ ਸੱਤਾ 'ਚ ਆਉਂਦੇ ਆ ਤਾਂ ਵੀ ਪ੍ਰਭਾਵਿਤ ਕਰਨਗੇ, ਕਿਸਾਨ ਸੱਤਾ 'ਚ ਨਹੀਂ ਆਉਂਦੇ ਜਾਂ ਸਿਆਸਤ 'ਚ ਨਹੀਂ ਆਉਂਦੇ ਤਾਂ ਵੀ ਪ੍ਰਭਾਵਿਤ ਕਰਨਗੇ। ਬਾਹਰ ਰਹਿ ਕੇ ਕਿਹਦਾ ਹੱਕ ਪੂਰਦੇ ਆ, ਕਿਹਦਾ ਵਿਰੋਧ ਕਰਦੇ ਆ, ਤਾਂ ਵੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ। ਕੋਈ ਇੱਕ ਚਿਹਰਾ ਸਿਆਸੀ ਪਾਰਟੀ ਦੇ ਵਿੱਚ ਆਉਂਦਾ ਤਾਂ ਉਹ ਵੀ ਪ੍ਰਭਾਵਿਤ ਕਰੇਗਾ ਪੰਜਾਬ ਦੀ ਸਿਆਸਤ ਨੂੰ, ਜੇ ਜਥੇਬੰਦੀਆਂ ਆਪਣੀ ਧਿਰ ਬਣਾ ਕੇ ਨਿੱਤਰਦੀਆਂ ਨੇ ਤਾਂ ਉਹ ਵੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰੇਗਾ। ਮਤਲਬ ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੇਂਦਰੀ ਬਿੰਦੂ ਰਹੇਗਾ ਹੀ ਰਹੇਗਾ ਜੀ। ਬਿਲਕੁਲ, ਤਾਂ ਪੰਜਾਬ ਦੇ ਪੱਖ ਦੇ ਮੁੱਦਿਆਂ ਉੱਤੇ ਚਰਚਾ ਅੱਗੇ ਵੀ ਜਾਰੀ ਰੱਖਾਂਗੇ। ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤਾਂ ਜਸਵੀਰ ਜੀ, ਹੁਣ ਆਪਾਂ ਗੱਲ ਕਰਾਂਗੇ ਜੋ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਕਿਹਾ ਕਿ ਦੋ ਮੁੱਖ ਮੰਤਰੀ ਜਿਨ੍ਹਾਂ ਨੇ ਜ਼ਮੀਨ ਜੋ ਹੈ ਉਹ ਦੱਬੀ ਹੋਈ ਹੈ, ਜ਼ਮੀਨ ਵੀ ਕੋਈ ਛੋਟੇ ਮੋਟੀ ਨਹੀਂ ਦੱਸੀ ਜਾ ਰਹੀ, ਔਰ
ਉੱਤੇ ਹੁਣ ਭਗਵੰਤ ਮਾਨ ਦਾ ਵੀ ਪ੍ਰਤੀਕਿਰਿਆ ਜੋ ਹੈ ਉਹ ਆ ਗਈ ਹੈ। ਭਗਵੰਤ ਮਾਨ ਨੇ ਪਹਿਲਾਂ ਤਾਂ ਸਵਾਲ ਇਹੀ ਕੀਤਾ ਹੈ ਕਿ ਜਿਹੜੇ ਦੋ ਮੁੱਖ ਮੰਤਰੀਆਂ ਉੱਤੇ ਦੋਸ਼ ਲਗਾਏ ਜਾ ਰਹੇ ਨੇ ਉਹਦਾ ਨਾਮ ਦੱਸਿਆ ਜਾਵੇ, ਔਰ ਨਾਲ ਹੀ ਇਹ ਦੱਸਿਆ ਜਾਵੇ ਕਿ ਐਡੇ ਵੱਡੇ ਭੂ ਮਾਫੀਆ ਨੂੰ ਹੱਥ ਪਾਉਣ ਤੋਂ ਚੰਨੀ ਸਰਕਾਰ ਘਬਰਾ ਕਿਉਂ ਰਹੀ ਹੈ, ਡਰ ਕਿਉਂ ਰਹੀ ਹੈ। ਆਪ ਕਿੰਨਾ ਕੁ ਨਾਂ ਦੱਸਿਆ ਜਿਹਨੇ ਫੋਨ ਕੀਤਾ ਸੀ ਭਗਵੰਤ ਮਾਨ ਨੂੰ? ਜੀ ਆਪ ਤਾਂ ਨਹੀਂ ਦੱਸਿਆ ਕਿ ਮੈਨੂੰ ਕਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਫੋਨ ਕੀਤਾ ਸੀਗਾ ਤੇ ਇਹ ਕਿਹਾ ਸੀਗਾ ਕਿ ਭਾਈ ਦੱਸੋ ਪੈਸੇ ਕਿੰਨੇ ਲੈਣੇ ਆ, ਦੱਸੋ ਅਹੁਦਾ ਕਿਹੜਾ ਲੈਣਾ। ਤੇ ਉਦੋਂ ਤਾਂ ਕਹਿੰਦੇ ਸੀ, ਮੈਂ ਉਹਨਾਂ ਨੂੰ ਸਿੱਧੇ ਤੌਰ ਤੇ ਕਹਿਤਾ ਸੀ ਮੈਂ ਮਿਸ਼ਨ ਤੇ ਆ, ਮੈਂ ਕਮਿਸ਼ਨ ਤੇ ਨਹੀਂ ਆ। ਨਾਮ ਕਿਉਂ ਨਹੀਂ ਦੱਸਿਆ ਭਾਈ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਤੋਂ ਪੁੱਛਦੇ ਹੋ? ਦੀਪਿਕਾ ਜੀ, ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਇਸੇ ਚੈਨਲ ਦੇ ਉੱਤੇ ਤੁਹਾਡੇ ਨਾਲ ਗੱਲ ਕਰਦੇ ਦੱਸਿਆ ਸੀਗਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਨਾਂ ਵੀ ਸਪਸ਼ਟ ਕਰਨੇ ਚਾਹੀਦੇ ਆ। ਜੇ ਸਪਸ਼ਟ ਕਰਨ, ਉਹਦੇ ਨਾਲ ਤੱਥ ਅੰਕੜੇ ਸਾਹਮਣੇ ਰੱਖਣ ਤੇ ਇਹ ਲੋਕਾਂ ਦੇ ਪੱਖ ਦੀ ਆਵਾਜ਼ ਹੋਏਗੀ ਤੇ ਉਹਨਾਂ ਦੇ ਪਰਦੇ ਫਾਸ਼ ਹੋਣਗੇ ਜਿਨ੍ਹਾਂ ਨੇ ਇਸ ਤਰੀਕੇ ਨਾਲ ਜ਼ਮੀਨ ਦੇ ਉੱਤੇ ਜਾਂ ਕਹਿ ਲਓ ਕਬਜ਼ਾ ਕੀਤਾ ਜਾਂ ਨਿਯਮਾਂ ਦੇ ਵਿੱਚ ਹੇਰ ਫੇਰ ਕਰਕੇ ਆਪਣੇ ਨਾਮ ਲਗਾਈ ਜ਼ਮੀਨ ਤੇ ਆਪਣੇ ਆਪ ਨੂੰ ਧਨਾੜ ਸਾਬਿਤ ਕੀਤਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ, ਆਪਣੇ ਪੈਸਿਆਂ ਨਾਲ ਕੀਤਾ ਜੀ, ਬਲੈਕ ਮਨੀ ਨਾਲ ਕੀਤਾ ਜਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ। ਘੱਟੋ ਘੱਟ ਪਤਾ ਤਾਂ ਲੱਗੇ ਭਾਈ, ਆਪਣੇ ਪੈਸਿਆਂ ਨਾਲ ਕੀਤਾ ਤਾਂ ਲੋਕ ਜਾਣਨ ਤਾਂ ਸਹੀ ਕਿ ਕਿਹਦੇ ਕੋਲ ਕਿੰਨੇ ਪੈਸੇ ਹੈਗੇ ਆ। ਐਫੀਡੇਵਿਟ 'ਚ ਤਾਂ ਹਾਲਾਂਕਿ ਦਿੰਦੇ ਆ ਆਪਣੀ ਜਾਣਕਾਰੀ ਕਿ ਭਾਈ ਇੰਨੇ ਪੈਸੇ ਸਾਡੇ ਕੋਲ ਹੈਗੇ, ਅਸੀਂ ਇੰਨੇ ਕੁ ਅਮੀਰ ਹਾਂ, ਇੰਨੇ ਕੁ ਗਰੀਬ ਹਾਂ। ਚੋਣ ਕਮਿਸ਼ਨ ਨੂੰ ਬਕਾਇਦਾ ਹਰ 5 ਸਾਲ ਬਾਅਦ ਜਦੋਂ ਚੋਣ ਲੜਨੀ ਹੁੰਦੀ ਹੈ ਦਿੰਦੇ ਆ ਜੀ। ਜਾਂ ਫਿਰ ਬਲੈਕ ਦੇ ਪੈਸਿਆਂ ਨਾਲ ਕੀਤੇ ਆ ਤੇ ਤਾਂ ਵੀ ਉਹ ਚੋਰੀ ਗਿਣੀ ਜਾਏਗੀ। ਸਰਕਾਰੀ ਪੈਸਿਆਂ ਦੇ ਵਿੱਚ ਕਿਤੇ ਸੰਨ ਲਈ ਗਈ ਆ ਤੇ ਤਾਂ ਵੀ ਉਹ ਚੋਰੀ ਗਿਣੀ ਜਾਏਗੀ। ਘੱਟੋ ਘੱਟ ਪਤਾ ਤਾਂ ਲੱਗੇ ਆ ਕਿ ਜਿਹਨਾਂ ਦੀ ਤੁਸੀਂ ਗੱਲ ਕੀਤੀ ਆ ਉਹ ਸੱਚਾ ਆ ਜਾਂ ਝੂਠਾ ਆ, ਇਹ ਸਾਰੀਆਂ ਗੱਲਾਂ ਪਤਾ ਲੱਗਣੀਆਂ ਚਾਹੀਦੀਆਂ ਜੀ। ਲਾਜ਼ਮੀ ਤੌਰ ਤੇ ਮੈਂ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਲੋਕਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਆ, ਦੱਸਣਾ ਚਾਹੀਦਾ ਕਿ ਕਿਹਨੇ 125,000 ਕਰੋੜ ਦੀ ਜ਼ਮੀਨ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਜਿਹੜੀ 900 ਏਕੜ ਲਗਭਗ ਦੱਸੀ ਜਾ ਰਹੀ ਹੈ ਉਹ ਕਿਹੜੇ ਦੋ ਮੁੱਖ ਮੰਤਰੀ ਆ ਜਿਨ੍ਹਾਂ ਨੇ ਹੜੱਪੀ ਹੈ, ਜਿਨ੍ਹਾਂ ਨੇ ਦੱਬੀ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਤੱਕ ਇਸ਼ਾਰਾ ਜਿਹੜਾ ਪਹੁੰਚ ਗਿਆ ਕਿ ਪਿਛਲੇ ਕੁਝ ਸਮੇਂ 'ਚ ਕਿਹੜੇ ਮੁੱਖ ਮੰਤਰੀ ਬਣੇ ਆ ਤੇ ਕਿਹਨਾਂ ਨੇ ਇਹ ਸਾਰਾ ਕੁਝ ਕੀਤਾ ਜਾ, ਹੋ ਸਕਦਾ ਕਿਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਵੱਧ ਬਣੀਆਂ ਨੇ ਤੇ ਕਿਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਘਟੀਆਂ ਨੇ ਜੀ। ਉਹ ਆਪੇ ਹੀ ਲੇਖਾ ਜੋਖਾ ਲਾ ਲੈਣਗੇ, ਲੋਕਾਂ ਨੂੰ ਪਤਾ। ਪਰ ਸਿੱਧੂ ਸਾਹਿਬ ਨੂੰ ਵੀ ਨਾਮ ਜਨਤਕ ਕਰਨੇ ਚਾਹੀਦੇ, ਪਰ ਉਹ ਕਹਿੰਦੇ ਹੁੰਦੇ ਨਾ ਕਿ ਦੂਜੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ। ਮਾਨ ਸਾਹਿਬ, ਤੁਸੀਂ ਉਹ ਬੀਜੇਪੀ ਦੇ ਲੀਡਰ ਦਾ ਨਾਮ ਪਹਿਲਾਂ ਦੱਸ ਦਿਓ ਜਿਹਨੇ ਤੁਹਾਨੂੰ ਟੈਲੀਫੋਨ ਕਰਕੇ ਕਿਹਾ ਸੀਗਾ ਕਿ ਦੱਸੋ ਅਹੁਦਾ ਕਿਹੜਾ ਲੈਣਾ ਤੇ ਪੈਸੇ ਕਿੰਨੇ ਲੈਣੇ, ਫਿਰ ਸਿੱਧੂ ਸਾਹਿਬ ਨੂੰ ਵੀ ਪੁੱਛ ਲਈਓ, ਮੁੱਖ ਮੰਤਰੀਆਂ ਦਾ ਨਾਮ ਦੱਸ ਦਿਓ ਜੀ। ਬਿਲਕੁਲ, ਤਾਂ ਇਸ ਤੋਂ ਬਾਅਦ ਹੁਣ ਗੱਲ ਕਰਾਂਗੇ ਬੀਜੇਪੀ ਦੀ ਹੀ, ਕਿਉਂਕਿ ਬੀਜੇਪੀ ਵੱਲੋਂ ਮੀਟਿੰਗ ਜੋ ਹੈ ਉਹ ਕਾਫੀ ਵੱਡੇ ਪੱਧਰ ਉੱਤੇ ਹੁਣ ਕੀਤੀ ਜਾਣ ਵਾਲੀ ਹੈ। ਕਿਸਾਨੀ ਅੰਦੋਲਨ ਦਾ ਜੋ ਮਸਲਾ ਹੈ ਉਹ ਹੱਲ ਕਰ ਦਿੱਤਾ ਗਿਆ, ਉਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਕਹਿ ਲਓ ਕਿ ਪੂਰੀ ਤਰ੍ਹਾਂ ਗਰਮਜੋਸ਼ੀ ਦੇ ਨਾਲ ਜੁੱਟ ਚੁੱਕੀ ਹੈ ਟੀਮ, ਔਰ ਵੱਡੀ ਮੀਟਿੰਗ ਜੋ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਬੀਜੇਪੀ ਕਰਨ ਜਾ ਰਹੀ ਹੈ, ਔਰ ਉਹਦੇ ਨਾਲ ਹੀ ਜੋ ਚਰਚਾਵਾਂ ਜਸਵੀਰ ਜੀ ਛਿੜੀਆਂ ਹੋਈਆਂ ਨੇ ਕਿ ਮਿਸ ਪੂਜਾ ਦਾ ਸਹਾਰਾ ਲੈ ਰਹੀ ਹੈ ਬੀਜੇਪੀ, ਆਖਿਰ ਇਹ ਕੀ ਗੱਲ ਹੈ? ਮਿਸ ਪੂਜਾ ਪੰਜਾਬ ਦੀ ਜਿਹੜੀ ਦੁਗਾਣਾ ਗਾਇਕੀ ਹੈ ਉਹਦੇ ਵਿੱਚ ਬੜਾ ਚਰਚਿਤ ਨਾਮ ਆ, ਸੁਰੀਲੀ ਵੀ ਹੈ, ਔਰ ਉਹਦੇ ਤੋਂ ਬਾਅਦ ਜਦੋਂ ਉਹਨੇ ਸੋਲੋ ਗਾਉਣਾ ਸ਼ੁਰੂ ਕੀਤਾ ਤਾਂ ਬੜੇ ਖੂਬਸੂਰਤ ਗੀਤ ਵੀ ਉਹਨੇ ਪੰਜਾਬੀਆਂ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਪਾਏ, ਆਪਣੇ ਸਰੋਤਿਆਂ ਦੀ ਝੋਲੀ ਦੇ ਵਿੱਚ। ਪਰ 2013 ਦੇ ਵਿੱਚ ਦੀਪਿਕਾ ਜੀ ਬਿਨਾਂ ਸ਼ਰਤ ਮਿਸ ਪੂਜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਸੀ ਜੀ। ਉਹਦੇ ਤੋਂ ਬਾਅਦ ਇੱਕ ਚਰਚਾ ਇਹ ਵੀ ਛਿੜੀ ਸੀਗੀ ਕਿ ਹੋ ਸਕਦਾ ਕਿ ਹੁਸ਼ਿਆਰਪੁਰ ਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਮਿਸ ਪੂਜਾ ਨੂੰ ਚੋਣ ਮੈਦਾਨ 'ਚ ਵੀ ਨਿਤਾਰੇ।
ਪਰ ਚੋਣ ਮੈਦਾਨ 'ਚ ਨਿਤਾਰਿਆ ਨਹੀਂ ਗਿਆ ਸੀ। ਫਿਰ ਮਿਸ ਪੂਜਾ ਥੋੜ੍ਹਾ ਜਿਹਾ ਦੂਰੀਆਂ ਬਣਾ ਲੈਂਦੇ, ਇੱਕ ਲੰਬਾ ਵਕਫਾ, ਨਜ਼ਰ ਨਹੀਂ ਆਉਂਦੀ ਪੋਲੀਟੀਕਲੀ ਜਿਹੜੀ ਐਕਟੀਵਿਟੀਜ਼ ਹੁੰਦੀਆਂ ਨੇ ਪਾਰਟੀ ਦੀਆਂ, ਉਹਨਾਂ ਦੇ ਵਿੱਚ ਮਿਸ ਪੂਜਾ ਕਿਤੇ ਨਜ਼ਰ ਨਹੀਂ ਆਉਂਦੀ। ਹੁਣ ਹੋਇਆ ਕੀ ਕਿ ਦੁਬਾਰਾ ਫਿਰ ਮਿਸ ਪੂਜਾ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਆ। ਚਰਚਾ ਕਿਉਂ ਹੋ ਰਹੀ ਹੈ ਕਿ ਆਹ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਨੇ 4:57 ਦੀ ਇੱਕ ਵੀਡੀਓ ਜਾਰੀ ਕੀਤੀ ਹੈ। ਉਹ ਵੀਡੀਓ ਕਾਹਦੇ ਦਿੱਤੇ ਹੈ ਕਿ ਭਾਰਤੀ ਜਨਤਾ ਪਾਰਟੀ, ਕੇਂਦਰ ਦੀ ਮੋਦੀ ਸਰਕਾਰ ਅਤੇ ਸਿੱਖ ਜੀ ਕੀ ਕੁਛ ਕੀਤਾ ਇਹਨਾਂ ਦੇ ਲਈ, ਕਿੱਦਾਂ 550 ਪ੍ਰਕਾਸ਼ ਪੁਰਬ ਜਿਹੜਾ ਆ ਉਹ ਕੇਂਦਰ ਸਰਕਾਰ ਨੇ ਮਦਦ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਉਣ ਲਈ, 350 ਪ੍ਰਕਾਸ਼ ਪੁਰਬ ਦਸਮ ਪਿਤਾ ਦਾ ਮਨਾਉਣ ਦੇ ਲਈ ਕੇਂਦਰ ਦੀ ਸਰਕਾਰ ਨੇ ਮਦਦ ਕੀਤੀ, ਕਾਲੀ ਸੂਚੀ ਦੇ ਵਿੱਚੋਂ ਨਾਮ ਕਿੱਦਾਂ ਕੱਢੇ ਗਏ, GST ਲੰਗਰ ਦੇ ਉੱਤੇ ਹਟਾਈ ਕਿੱਦਾਂ ਗਈ ਕਿ ਸਾਡੇ ਵੱਲੋਂ ਹਟਾ ਦਿੱਤੀ ਗਈ, ਹਾਲਾਂਕਿ ਲਾਉਣ ਵਾਲੇ ਵੀ ਆਪ ਹੀ ਇਹ ਅਤੇ ਹਟਾਉਣ ਵਾਲੇ ਵੀ ਆਪ ਹੀ ਹੈ। ਬਿਲਕੁਲ ਉੱਦਾਂ ਹੀ ਜਿੱਦਾਂ ਕਾਨੂੰਨ ਪਹਿਲਾਂ 3 ਕਾਲੇ ਕਾਨੂੰਨ ਲਿਆਉਂਦੇ ਗਏ, ਮੁੜ ਕੇ ਹਟਾਏ ਗਏ ਅਤੇ ਕਹਿੰਦੇ ਜੀ ਅਸੀਂ ਲੋਕਾਂ ਦੇ ਪੱਖ ਦੇ ਵਿੱਚ, ਕਿਸਾਨਾਂ ਦੇ ਪੱਖ ਦੇ ਵਿੱਚ ਇਹ ਚੀਜ਼ ਕਰ ਦਿੱਤੀ, ਰਾਸ਼ਟਰ ਦੇ ਹਿੱਤ ਦੇ ਵਿੱਚ ਇਹ ਫੈਸਲਾ ਲਿਆ। GST ਦੇ ਬਾਰੇ ਵੀ ਇੱਦਾਂ ਹੀ ਹੋਈ ਕਿ ਪਹਿਲਾਂ ਲਾਈ ਗਈ, ਫਿਰ ਬਾਅਦ 'ਚ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੀ ਰਸਦ ਜਿਹੜੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਜਿਹੜੀ ਰਸਦ ਦੇ ਉੱਤੇ GST ਲੱਗਦੀ ਆ ਉਹ ਅਸੀਂ ਖਤਮ ਕਰਦੇ ਹਾਂ। ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਸ ਵੀਡੀਓ ਦੇ ਵਿੱਚ ਗਿਣਾਈਆਂ ਗਈਆਂ, ਔਰ ਖਾਸ ਤੌਰ 'ਤੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਮੋਦੀ ਦੀ ਸਰਕਾਰ ਜਿੰਨੀ ਸਿੱਖਾਂ ਦੀ ਹਿਤੈਸ਼ੀ ਹੈ ਨਾ, ਉੱਦਾਂ ਦਾ ਕੋਈ ਹਿਤੈਸ਼ੀ ਤਾਂ ਹੈ ਹੀ ਨਹੀਂ। ਫਿਰ 84 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਹਿੰਦੇ ਅਸੀਂ ਜਿਹੜਾ ਸਜ਼ਾਵਾਂ ਤੱਕ ਪਹੁੰਚਾ ਰਹੇ ਹਾਂ, ਸਿੱਟ ਬਿਠਾਈ ਹੈ, ਜਾਂਚ ਦੁਬਾਰਾ ਕਈ ਮਾਮਲਿਆਂ 'ਚ ਹੋ ਰਹੀ ਹੈ ਅਤੇ ਅਸੀਂ ਅੰਜਾਮ ਤੱਕ ਉਹਨਾਂ ਚੀਜ਼ਾਂ ਨੂੰ ਪਹੁੰਚਾ ਰਹੇ ਹਾਂ, ਉਹ ਤਮਾਮ ਗੱਲਾਂ ਜਿਹੜੀਆਂ ਉਸ ਵੀਡੀਓ ਦੇ ਵਿੱਚ ਦਿਖਾਈਆਂ ਗਈਆਂ। ਔਰ ਦੀਪਿਕਾ ਜੀ ਉਸ ਵੀਡੀਓ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮਿਸ ਪੂਜਾ ਦੀ ਆਵਾਜ਼ ਇਸਤੇਮਾਲ ਕੀਤੀ ਗਈ ਹੈ ਜੀ, ਉਹਦੇ ਵੱਲੋਂ ਗਾਏ ਗਏ ਸ਼ਬਦ ਦੇ ਜਿਹੜੇ ਕੁਝ ਬੋਲ ਹੈ ਉਹਦੇ ਵਿੱਚ ਬਕਾਇਦਾ ਇਸਤੇਮਾਲ ਕੀਤੇ ਗਏ। ਔਰ ਹੁਣ ਚਰਚਾ ਇਸ ਕਰਕੇ ਹੀ ਚੱਲ ਪਈ ਹੈ ਕਿ ਉਹ ਜਿਹੜਾ 2013 ਦੇ ਵਿੱਚ ਮਿਸ ਪੂਜਾ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ, ਕੀ ਉਹ ਮੈਂਬਰਸ਼ਿਪ ਅਜੇ ਤੱਕ ਬਾਦਸਤੂਰ ਚੱਲਦੀ ਪਈ ਹੈ? ਹੁਣ ਮਿਸ ਪੂਜਾ ਦੁਬਾਰਾ ਫਿਰ ਸਰਗਰਮ ਹੋ ਰਹੀ ਹੈ, ਕੀ ਹੁਣ ਮਿਸ ਪੂਜਾ ਚੋਣ ਮੈਦਾਨ 'ਚ ਨਿਤਰੇਗੀ? ਜੇ ਭਾਰਤੀ ਜਨਤਾ ਪਾਰਟੀ ਉਹਦੀ ਆਵਾਜ਼ ਨੂੰ ਆਪਣੇ ਪਲੇਟਫਾਰਮ ਤੋਂ ਇਸਤੇਮਾਲ ਕਰ ਰਹੀ ਹੈ ਤਾਂ ਕੱਲ੍ਹ ਨੂੰ ਕੀ ਸਿਆਸੀ ਤੌਰ 'ਤੇ ਵੀ ਚੋਣ ਮੈਦਾਨ 'ਚ ਨਿਤਰਦੀ ਨਜ਼ਰ ਆਏਗੀ, ਪ੍ਰਚਾਰ ਕਰਦੀ ਨਜ਼ਰ ਆਏਗੀ? ਹਾਲਾਂਕਿ ਮੈਨੂੰ ਲੱਗਦਾ ਕਿ ਮਿਸ ਪੂਜਾ ਤੋਂ ਕਈ ਵੱਡੇ ਸਰਕਾਰ ਪ੍ਰਚਾਰਕ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਕੋਲ ਹੈਗੇ ਆ। ਹੰਸਰਾਜ ਹੰਸ ਹੁਣ ਕੋਈ ਛੋਟੀ ਸ਼ਖਸੀਅਤ ਥੋੜ੍ਹੀ ਹੈ, ਰਾਜ ਗਾਇਕ ਰਹਿ ਚੁੱਕੇ ਆ ਪੰਜਾਬ ਦੇ, ਮਿਸ ਪੂਜਾ ਦੇ ਮੁਕਾਬਲਤਨ ਉਹ ਬਹੁਤ ਵੱਡਾ ਚਿਹਰਾ ਨੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ, ਉਹ ਪ੍ਰਚਾਰ ਕਰਨਗੇ। ਸੋ ਪ੍ਰਚਾਰ ਕਰਨ ਦਾ ਤਰੀਕਾ ਉਹਨਾਂ ਦਾ ਕਿਹੋ ਜਿਹਾ ਹੁੰਦਾ, ਫੋਕਸ ਉਹਨਾਂ ਨੇ ਕਰ ਲਿਆ ਖਾਸ ਤੌਰ 'ਤੇ ਸਿੱਖ ਸਮੁਦਾਇ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਬਾਖੂਬੀ ਜਾਣਦੀ ਹੈ ਕਿ ਜੇ ਅਸੀਂ ਇਸ ਸਮਾਜ ਨੂੰ ਆਪਣੇ ਨਾਲ ਜੋੜ ਲੈਂਦੇ ਹਾਂ ਨਾ ਤਾਂ ਸਾਡੇ ਲਈ ਪੰਜਾਬ ਨਹੀਂ UP ਵੀ ਸੁਖਾਲਾ ਹੋਏਗਾ, ਉੱਤਰਾਖੰਡ ਵੀ ਸੁਖਾਲਾ ਹੋਏਗਾ, ਕਿਉਂਕਿ UP ਦੇ ਵਿੱਚ ਵੀ ਸਿੱਖ ਵਸੋਂ ਕਾਫੀ ਹੈ, ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਉੱਥੇ ਵੀ ਚੋਣ, ਅਤੇ ਇੱਧਰ ਉੱਤਰਾਖੰਡ ਦੇ ਵਿੱਚ ਵੀ ਸਿੱਖ ਵਸੋਂ ਹੈਗੀ ਹੈ। ਸੋ ਨਾ ਸਿਰਫ ਅਸੀਂ ਇੱਥੇ ਸੁਖਾਲੇ ਰਹਾਂਗੇ ਪੰਜਾਬ ਦੇ ਵਿੱਚ, ਬਲਕਿ ਉਹਨਾਂ ਦੋ ਸੂਬਿਆਂ 'ਚ ਵੀ ਸੁਖਾਲੇ ਰਹਾਂਗੇ ਜਿੱਥੇ ਚੋਣਾਂ ਪੰਜਾਬ ਦੇ ਨਾਲ ਹੀ ਹੋਣੀਆਂ ਨੇ। ਸੋ ਇਸ ਕਰਕੇ ਦੀਪਿਕਾ ਜੀ ਮੈਨੂੰ ਲੱਗਦਾ ਆ ਕਿ ਹਰ ਹੀਲਾ ਭਾਰਤੀ ਜਨਤਾ ਪਾਰਟੀ ਵਰਤਣ ਦਾ ਕੋਸ਼ਿਸ਼ ਜਿਹੜਾ ਉਹ ਕਰ ਰਹੀ ਹੈ ਅਤੇ ਉਹ ਕੋਸ਼ਿਸ਼ ਕਾਮਯਾਬ ਕਿੰਨੀ ਹੁੰਦੀ ਹੈ ਅਤੇ ਮਿਸ ਪੂਜਾ ਕਿੰਨਾ ਕੁ ਭਾਰਤੀ ਜਨਤਾ ਪਾਰਟੀ ਦੀ ਮਦਦ ਕਰ ਪਾਉਂਦੀ, ਉਹਦੀ ਆਵਾਜ਼ ਕਿੰਨੀ ਕੁ ਮਦਦ ਕਰ ਪਾਉਂਦੀ ਹੈ ਇਹ ਵਕਤ ਨੇ ਦੱਸਣਾ, ਪਰ ਚਰਚਾ ਜ਼ਰੂਰ ਛਿੜ ਗਈ ਹੈ ਕਿ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੁਰਾਣੀ ਮੈਂਬਰ ਨੂੰ ਉਹਦੀ ਆਵਾਜ਼ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਜੀ, ਔਰ ਜਿਸ ਤਰ੍ਹਾਂ ਮੀਟਿੰਗ ਦੀਆਂ ਵੀ ਚਰਚਾਵਾਂ ਨੇ ਕਿ ਕਾਫੀ ਵੱਡੀ ਮੀਟਿੰਗ ਜੋ ਹੈ ਉਹ ਹੋਣ ਵਾਲੀ ਹੈ, ਹੰਗਾਮੀ ਮੀਟਿੰਗ ਹੋਣ ਵਾਲੀ ਹੈ, ਬੇਸ਼ੱਕ ਸਰਗਰਮੀਆਂ ਭਾਜਪਾ ਦੇ ਵੱਲੋਂ ਵਧਾ ਦਿੱਤੀਆਂ ਗਈਆਂ ਨੇ, ਜਿਵੇਂ ਹੀ ਕਿਸਾਨੀ ਅੰਦੋਲਨ ਕਹਿ ਲਓ ਖਤਮ ਹੋਣ ਦੀਆਂ ਚਰਚਾਵਾਂ ਛਿੜੀਆਂ, ਉਸ ਤੋਂ ਬਾਅਦ ਤੋਂ ਹੀ ਕਾਫੀ ਸਰਗਰਮ ਦਿਖੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਔਰ ਉਹਨਾਂ ਦੀ ਜੋ ਪੰਜਾਬ ਟੀਮ ਹੈ, ਔਰ ਕਿਵੇਂ ਦੇਖਦੇ ਹੋ ਕਿ ਜਿੰਨਾ ਹਰ ਪਾਰਟੀ ਨੋ ਡਾਊਟ ਇਸ ਟਾਈਮ ਪੱਬਾ ਭਾਰ ਹੈ ਸਿਆਸਤ ਦੇ ਵਿੱਚ, ਜੋ ਪੰਜਾਬ ਦੀ ਸਿਆਸਤ ਦਾ ਸਿਹਰਾ ਹੈ ਜਾਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ, ਲੱਗਦਾ ਹੈ ਕਿ ਕਿਤੇ ਨੇੜੇ ਤੇੜੇ ਵੀ ਭਾਜਪਾ ਪਹੁੰਚ ਪਾਏਗੀ ਆਪਣੇ ਟੀਚੇ ਦੇ? ਦੀਪਿਕਾ ਜੀ, ਇਹ ਲੋਕਾਂ ਨੇ ਤੈਅ ਕਰਨਾ ਕਿ ਭਾਜਪਾ ਨੂੰ ਕਿੱਥੇ ਪਹੁੰਚਾਉਣਾ ਹੈ, ਕਿੱਥੇ ਲਾਉਣਾ ਹੈ ਅਤੇ ਕਿੱਥੇ ਚੜ੍ਹਾਉਣਾ ਹੈ। ਆਪਾਂ ਸਿਰਫ ਸਥਿਤੀਆਂ 'ਤੇ ਜਿਹੜੀ ਉਹ ਚਰਚਾ ਕਰ ਸਕਦੇ ਹਾਂ। ਹੁਣ ਦੇਖੋ ਕਿੰਨੀਆਂ ਚੀਜ਼ਾਂ ਨੇ, ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਥੋੜ੍ਹਾ ਜਿਹਾ ਇੱਦਾਂ ਹੀ ਗੱਲਾਂ ਠੀਕ ਹੁੰਦੀਆਂ ਨੇ, ਨਹੀਂ। ਹੁਣ ਭਾਰਤੀ ਜਨਤਾ ਪਾਰਟੀ ਦਾ ਹਰ ਕਦਮ, ਹਰ ਉਹਦੀ ਪ੍ਰਕਿਰਿਆ ਜਿਹੜੀ ਹੈ ਉਹ ਖਾਸ ਤੌਰ 'ਤੇ ਤੁਹਾਨੂੰ ਚੋਣਾਂ 'ਤੇ ਕੇਂਦਰਿਤ ਨਜ਼ਰ ਆਏਗੀ। ਮੀਟਿੰਗ ਤਾਂ ਸਿਆਸੀ ਹੋ ਰਹੀ ਹੈ। ਹੁਣ ਦੇਖੋ ਅੱਜ ਪ੍ਰਧਾਨ ਮੰਤਰੀ ਕਿਵੇਂ ਬਨਾਰਸ ਦੇ ਵਿੱਚ ਜਿਹੜਾ ਆ ਉਹ ਇਸ਼ਨਾਨ ਕਰਦੇ ਨੇ, ਉੱਥੇ ਜਾ ਕੇ ਇੱਕ ਪੈਦਲ ਯਾਤਰਾ ਕੱਢਦੇ ਨੇ, ਉੱਥੇ ਸੰਬੋਧਨ ਕਰਦੇ ਨੇ, ਸੰਬੋਧਨ ਕਰਦੇ ਹੋਏ ਭੋਜਪੁਰੀ ਸ਼ਬਦਾਂ ਦਾ ਇਸਤੇਮਾਲ ਕਰਦੇ ਆ। ਦੇਖੋ ਇੱਕ ਇੱਕ ਚੀਜ਼ ਜਿਹੜੀ ਆ ਨਾ ਉਹ ਬੜੀ ਸੋਚ ਕੇ ਵਿਉਂਤਬੱਧ ਤਰੀਕੇ ਨਾਲ ਇਸਤੇਮਾਲ ਕੀਤੀ ਜਾਂਦੀ ਹੈ। ਸਾਨੂੰ ਕਦੀ ਕਦੀ ਲੱਗਦਾ ਕਿ ਹੋ ਸਕਦਾ ਕਿ ਇਹ ਪਾਰਟੀ ਜਿਹੜੀ ਹੈ ਉਹ ਐਵੇਂ ਜਿੱਦਾਂ ਰੋਣ ਚਾਹੁੰਦਾ ਉੱਦਾਂ ਹੀ ਗੱਲਾਂ ਕਰਦੀ। 11% ਵਸੋਂ ਹੈਗੀ ਹੈ ਜਿਹੜੇ ਭੋਜਪੁਰੀ ਬੋਲਦੇ ਨੇ ਯੂਪੀ ਦੇ ਵਿੱਚ। ਦੀਪਿਕਾ ਜੀ, ਭਾਵੇਂ ਹਿੰਦੀ ਭਾਸ਼ੀ ਹੈ ਬਹੁਤਾ, 80% ਇਲਾਕਾ ਜਿਹੜਾ ਆ ਉਹ ਯੂਪੀ ਦਾ ਹਿੰਦੀ ਭਾਸ਼ੀ ਹੈ, ਪਰ 11% ਉਹ ਲੋਕ ਨੇ ਜਿਹੜੇ ਨਿਰੋਲ ਭੋਜਪੁਰੀ ਬੋਲਦੇ ਨੇ, ਅਤੇ ਉਹਨਾਂ 11% ਲੋਕਾਂ ਨੂੰ ਅੱਜ ਆਪਣੇ ਪੱਖ ਦੇ ਵਿੱਚ, ਆਪਣੀ ਪਾਰਟੀ ਦੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਔਰ ਉਹਨਾਂ ਦੀ ਇਹ ਧਾਰਮਿਕ ਯਾਤਰਾ ਸਿਆਸੀ ਯਾਤਰਾ 'ਚ ਤਬਦੀਲ ਹੋ ਗਈ। ਦੇਖੋ ਧਾਰਮਿਕ ਯਾਤਰਾ ਨੂੰ ਵੀ ਸਿਆਸੀ ਯਾਤਰਾ ਕਿਵੇਂ ਬਣਾਉਣਾ ਆ, ਇਹ ਕੋਈ ਗੁਣ ਜਿਹੜਾ ਆ ਉਹ ਗੁਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਕੋਲ ਸਿੱਖੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਫਿਰ ਉਹ ਕਹਿੰਦੇ ਕੀ ਹੈ, ਕਹਿੰਦੇ 3 ਸੰਕਲਪ ਤੁਹਾਡੇ ਕੋਲ ਲੈਣੇ ਆ। ਇੱਕ ਤਾਂ ਤੁਸੀਂ ਸਵੱਛ ਭਾਰਤ ਬਣਾਉਣ ਦੇ ਵਿੱਚ ਸਾਡਾ ਯੋਗਦਾਨ ਕਰੋ, ਇੱਕ ਜਿਹੜਾ ਆ ਉਹ ਸਾਡਾ ਆਪਣੇ ਆਪ ਦੇ ਵਿੱਚ ਆਤਮ ਨਿਰਭਰ ਬਣਨ ਦਾ ਨਾਰਾ ਆ ਉਹਨੂੰ ਸੰਪੰਨ ਸਰਕਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰੋ। ਅਤੇ ਮਦਦ ਕਰਨ ਦਾ ਮਤਲਬ ਪਤਾ ਦੀਪਿਕਾ ਜੀ ਕੀ ਹੈ? ਮਦਦ ਕਰਨ ਦਾ ਮਤਲਬ ਇਹ ਹੈ ਕਿ ਸਾਨੂੰ ਸੱਤਾ 'ਚ ਬਣਾਈ ਰੱਖੋ, ਤਾਂ ਹੀ ਅਸੀਂ ਇਹ ਚੀਜ਼ਾਂ ਜਿਹੜੀਆਂ ਕਰਦੇ ਰਹਾਂਗੇ। ਹੁਣ ਉੱਥੇ ਉਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ, ਇੱਥੇ ਸਿੱਖ ਜਿੱਦਾਂ ਮੈਂ ਗੱਲ ਕੀਤੀ ਨਾ ਕਿ ਉਹ ਵੀਡੀਓ ਬਣਾਈ ਗਈ ਹੈ, ਇੱਕ ਬੁੱਕਲੈਟ ਛਪਵਾਈ ਗਈ ਹੈ, ਉਹ ਬੁੱਕਲੈਟ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਵੰਡੀ ਜਾਏਗੀ ਲੋਕਾਂ ਦੇ ਵਿੱਚ ਕਿ ਭਾਜਪਾ ਨੇ ਸਿੱਖਾਂ ਲਈ ਕੀ ਕੀਤਾ ਗਿਆ। ਅਤੇ ਇਸੇ ਤਰੀਕੇ ਨਾਲ ਰੇਲਵੇ ਦੇ ਵੱਲੋਂ ਇੱਕ 40 ਪੇਜਾਂ ਦੀ ਜਿਹੜੀ ਆ ਸੌਫਟ ਕਾਪੀ ਆ ਉਹ ਮੇਲ ਦੇ ਰਾਹੀਂ 2 ਕਰੋੜ ਲੋਕਾਂ ਨੂੰ ਭੇਜੀ ਗਈ। ਕਿਉਂ ਭੇਜੀ ਗਈ? ਕਿਉਂਕਿ ਉਹਦੇ ਨਾਲ ਵੀ ਇੱਕ ਤਰੀਕੇ ਦਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਹੁਣ ਇੱਥੇ ਪੰਜਾਬ ਦੇ ਵਿੱਚ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਮੀਟਿੰਗਾਂ ਹਰ ਪਾਰਟੀ ਨੇ ਕਰਨੀਆਂ ਨੇ ਦੀਪਿਕਾ ਜੀ, ਹੱਕ ਆ, ਵਕਤ ਆ, ਔਰ ਉਹ ਮੀਟਿੰਗਾਂ ਕਿਸ ਤਰੀਕੇ ਨਾਲ ਚੋਣਾਂ ਜਿੱਤੀਆਂ ਜਾਣਗੀਆਂ ਇਸ ਰਣਨੀਤੀ ਨੂੰ ਬਣਾਉਣ ਦੇ ਲਈ ਹੀ ਕੀਤੀਆਂ ਜਾਣਗੀਆਂ। ਰਣਨੀਤੀ ਕਾਮਯਾਬ ਕਿਹਦੀ ਹੁੰਦੀ ਹੈ ਇਹ ਲੋਕਾਂ ਨੇ ਦੱਸਣਾ। ਸੋ ਇਸ ਕਰਕੇ ਜੇ ਤੁਸੀਂ ਕਹੋ ਕਿ ਮੀਟਿੰਗ ਦੇ ਨਾਲ ਹੀ ਜਿੱਤ ਜਾਣਾ, ਅਤੇ ਭਾਈ ਮੀਟਿੰਗਾਂ ਤਾਂ ਕਾਂਗਰਸ ਵੀ ਬਹੁਤ ਕਰਦੀ ਆ, ਮੀਟਿੰਗਾਂ ਤਾਂ ਆਪ ਵਾਲੇ ਵੀ ਬਹੁਤ ਕਰਦੇ ਆ, ਮੀਟਿੰਗਾਂ ਦੇ ਬਾਕੀ ਧਿਰਾਂ ਵਾਲੇ ਵੀ ਬਹੁਤ ਕਰਦੇ ਹੋਣਗੇ। ਇਕੱਲੀਆਂ ਮੀਟਿੰਗਾਂ ਨਾਲ ਨਹੀਂ ਜਿੱਤਿਆ ਜਾਣਾ, ਤੁਹਾਨੂੰ ਲੋਕਾਂ ਦੇ ਵਿੱਚ ਆਪਣੀ ਵਿਸ਼ਵਾਸ ਬਹਾਲੀ ਕਰਨੀ ਪੈਗੀ, ਤੁਹਾਨੂੰ ਲੋਕਾਂ ਦੇ ਵਿੱਚ ਇਹੋ ਜਿਹਾ ਪ੍ਰਭਾਵ ਦੇਣਾ ਪੈਗਾ ਕਿ ਹਾਂ ਭਾਈ ਅਸੀਂ ਤੁਹਾਡੇ ਪੱਖ ਦੇ ਹਾਂ। ਪਰ ਭਾਜਪਾ ਦਾ ਪ੍ਰਭਾਵ ਇਸ ਅੰਦੋਲਨ ਦਾ ਕਰਕੇ ਜਿਸ ਤਰੀਕੇ ਦਾ ਲੋਕਾਂ ਦੇ ਵਿੱਚ ਗਿਆ ਆ ਦੀਪਿਕਾ ਜੀ, ਉਸ ਪ੍ਰਭਾਵ ਤੋਂ ਲੱਗਦਾ ਕਿ ਮੀਟਿੰਗਾਂ ਦੇ ਬਾਵਜੂਦ ਹੋ ਸਕਦਾ ਕਿ ਭਾਜਪਾ ਦੀਆਂ ਉਮੀਦਾਂ ਉਦਾਂ ਦੀਆਂ ਪੂਰੀਆਂ ਨਾ ਹੋਣ ਜਿੱਦਾਂ ਦੀਆਂ ਸ਼ਾਇਦ ਉਹ ਰੱਖ ਕੇ ਬੈਠੀ ਹੈ।
ਜੀ ਬਿਲਕੁਲ ਜਸਵੀਰ ਜੀ, ਸਿਆਸੀ ਮੁੱਦਿਆਂ ਉੱਤੇ ਚਰਚਾ ਅੱਗੇ ਵੀ ਜਾਰੀ ਰੱਖਾਂਗੇ। ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੇ ਆਪਾਂ ਅਕਾਲੀ ਦਲ ਦੀ ਜਸਵੀਰ ਜੀ ਗੱਲ ਕਰ ਰਹੇ ਸੀ, ਔਰ ਅਕਾਲੀ ਦਲ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਮੋਗਾ ਦੇ ਵਿੱਚ, ਔਰ ਮਾਇਆਵਤੀ ਵੀ ਆ ਰਹੇ ਨੇ ਇਸ ਰੈਲੀ ਦੇ ਵਿੱਚ, ਕੀ ਲੱਗਦਾ ਹੈ ਕਿੰਨੇ ਕੁ ਮਾਇਨੇ ਵੱਧ ਜਾਣਗੇ ਇਸ ਰੈਲੀ ਦੇ ਅਗਰ ਮਾਇਆਵਤੀ ਇੱਥੇ ਆਉਂਦੇ ਨੇ ਤਾਂ? ਮਾਇਆਵਤੀ ਨੇ ਪਹਿਲਾਂ ਵੀ ਬਹੁਤ ਰੈਲੀਆਂ ਕੀਤੀਆਂ ਜਦੋਂ ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜਦੀ ਸੀ। ਮੋਸਟਲੀ ਜ਼ਿਆਦਾਤਰ ਉਹਦੀਆਂ ਰੈਲੀਆਂ ਬਲਾਚੌਰ ਜਾਂ ਨਵਾਂਸ਼ਹਿਰ, ਇੱਥੇ ਬਹੁਤੀਆਂ ਰੈਲੀਆਂ ਜਿਹੜੀਆਂ ਉਹਨਾਂ ਦੀਆਂ ਕਰਵਾਈਆਂ ਜਾਂਦੀਆਂ ਨੇ। ਔਰ ਉਹਨਾਂ ਰੈਲੀਆਂ ਦਾ ਅਸਰ ਕੀ ਹੋਇਆ, ਕਿੰਨੀ ਵਾਰੀ ਬਹੁਜਨ ਸਮਾਜ ਪਾਰਟੀ ਨੂੰ ਹਿਲ ਜੁਲ ਮਿਲੀ ਹੈ ਜੀ। ਹਾਂ, ਇਸ ਵਾਰ ਇੰਨਾ ਜ਼ਰੂਰ ਹੋ ਸਕਦਾ ਕਿ ਉਹਨਾਂ ਨੂੰ ਭਾਈਵਾਲੀ ਮਿਲ ਗਈ ਹੈ, ਇਸ ਵਾਰ ਉਹਨਾਂ ਨੂੰ ਸਾਥ ਮਿਲ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਤੇ ਉਮੀਦਾਂ ਵੀ ਬਹੁਤ ਸਾਰੀਆਂ ਨੇ ਇਸ ਵਾਰ। ਮਾਇਆਵਤੀ ਦੀ ਸਮੱਸਿਆ ਦਰਅਸਲ ਹੋਰ ਤਰੀਕੇ ਦੀ ਹੈ ਦੀਪਿਕਾ ਜੀ। ਮਾਇਆਵਤੀ ਦੀ ਸਮੱਸਿਆ ਇਹ ਹੈ ਕਿ 19 ਵਿਧਾਇਕ ਉਹਦੇ ਯੂਪੀ 'ਚ ਜਿੱਤੇ ਸੀਗੇ, ਤੇ 19 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਇਸ ਵੇਲੇ 9 ਵੀ ਉਹਨਾਂ ਦੇ ਨਾਲ ਹੋਣਗੇ ਜੀ, ਕਿਉਂਕਿ ਟੁੱਟ ਕੇ ਦੂਜੀਆਂ ਪਾਰਟੀਆਂ 'ਚ ਜਾ ਚੁੱਕੇ ਆ। ਤੇ ਇਸ ਸਮੇਂ ਰਾਸ਼ਟਰੀ ਪੱਧਰ 'ਤੇ ਮਾਇਆਵਤੀ ਹੋਰਾਂ ਦੀ ਬਹੁਜਨ ਸਮਾਜ ਪਾਰਟੀ ਦੀ ਰਜਿਸਟ੍ਰੇਸ਼ਨ ਖਤਰੇ 'ਚ ਪਈ ਆ, ਉਹ ਖੇਤਰੀ ਪਾਰਟੀ ਬਣ ਕੇ ਰਹਿ ਜਾਏਗੀ ਜੇ ਵੋਟ ਸ਼ੇਅਰ ਉਹਦਾ ਠੀਕ ਨਾ ਹੋਇਆ, ਸੁਧਰਿਆ ਨਾ। ਅਕਾਲੀ ਦਲ ਦੇ ਨਾਲ ਗੱਠਜੋੜ ਹਰ ਸ਼ਰਤ 'ਤੇ ਅਕਾਲੀ ਦਲ ਦੀ ਮੰਨ ਕੇ ਕਰਨ ਦਾ ਇਹੀ ਮਕਸਦ ਸੀਗਾ ਕਿ ਆਪਣਾ ਵੋਟ ਸ਼ੇਅਰ ਸੁਧਾਰਿਆ ਜਾਵੇ। ਕਿੱਥੇ ਤਾਂ ਉਹਨਾਂ ਨੂੰ 5% ਜਿਹੜੀ ਕਿਸੇ ਸਮੇਂ ਵੋਟ ਮਿਲਦੀ ਸੀ, ਫਿਰ ਆ ਪਿਛਲੀਆਂ ਚੋਣਾਂ ਦੇ ਵਿੱਚ 1.5% ਉਹਨਾਂ ਦਾ ਵੋਟ ਸ਼ੇਅਰ ਪੰਜਾਬ ਦੇ ਵਿੱਚ ਰਹਿ ਗਿਆ, ਤੇ ਘੱਟੋ ਘੱਟ ਅਕਾਲੀ ਦਲ ਨਾਲ ਮਿਲ ਕੇ ਜੇ ਵੋਟ ਫੀਸਦ ਉਹਦਾ ਵੱਧ ਗਿਆ ਤੇ ਰਾਸ਼ਟਰੀ ਤੌਰ ਤੇ ਪਾਰਟੀ ਦੀ ਮਾਨਤਾ ਬਰਕਰਾਰ ਰਹਿ ਗਈ। ਸੋ ਇੰਨਾ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਕਿ ਮਾਇਆਵਤੀ ਨੇ ਆਣ ਕੇ ਤਾਂ ਤਖਤਾ ਪਲਟ ਕਰਕੇ ਰੱਖ ਦੇਣਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਦੀ ਆਮਦ ਬਹੁਜਨ ਸਮਾਜ ਪਾਰਟੀ ਦੇ ਕਾਰਕੁਨ ਜਿੱਦਾਂ ਮਾਇਆਵਤੀ ਹੋਰਾਂ ਨੂੰ ਦੇਖਦੇ ਆ ਕਿ ਉਹਨਾਂ ਦੇ ਨਾਲ ਉਹਨਾਂ ਦਾ ਜੁੜਾਵ ਆ, ਨੁਮਾਇੰਦਗੀ ਕਰਦੇ ਆ, ਉਹਦੇ ਨਾਲ ਆਉਣ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੇ ਵਿੱਚ ਜੋਸ਼ ਭਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ। ਔਰ ਇਹ ਕੋਸ਼ਿਸ਼ ਰਹੇਗੀ ਕਿ ਜਿੰਨਾ ਵੱਧ ਤੋਂ ਵੱਧ ਇਸ ਟੋਣ ਦੇ ਵਿੱਚ ਲਾਹਾ ਲਿਆ ਜਾ ਸਕੇ ਲਿਆ ਜਾਵੇ, ਕਿਉਂਕਿ ਇੱਕ ਗੱਲ ਤਾਂ ਮਾਇਆਵਤੀ ਹੋਰਾਂ ਨੂੰ ਇਹ ਵੀ ਪਤਾ ਹੈ ਕਿ ਕਾਂਸ਼ੀ ਰਾਮ ਸਾਹਿਬ ਜਿਹੜੇ ਸੰਸਥਾਪਕ ਸੀਗੇ ਇਸ ਪਾਰਟੀ ਦੇ, 1996 ਦੇ ਵਿੱਚ ਇੱਕ ਸਮਝੌਤਾ, ਇੱਕ ਗੱਠਜੋੜ ਕੀਤਾ ਸੀ ਅਕਾਲੀ ਦਲ ਨਾਲ ਉਸ ਸਮੇਂ ਵੀ ਲੋਕ ਸਭਾ ਦੀਆਂ ਚੋਣਾਂ ਦੇ ਦਰਮਿਆਨ, ਅਤੇ ਸੀਟਾਂ ਬਹੁਤ ਸਾਰੀਆਂ ਜਿੱਤੀਆਂ ਵੀ ਸੀਗੀਆਂ। ਸਾਲ ਨਹੀਂ ਕੱਢਿਆ ਸੀ ਇਸ ਗੱਠਜੋੜ ਨੇ, ਬਾਂਹ ਛੜਾ ਕੇ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਨਾਲ ਜਾ ਕੇ ਬਹਿ ਗਿਆ ਸੀਗਾ। ਹੁਣ ਇਹ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ ਪਏਗਾ ਕਿ ਇਹ ਗੱਠਜੋੜ ਇੱਦਾਂ ਦਾ ਨਾ ਹੋਵੇ ਕਿ ਕੁਝ ਸਮਾਂ ਚੱਲਿਆ ਅਤੇ ਮੁੜ ਕੇ ਵਕਤ ਨਿਕਲਿਆ ਅਤੇ ਗੱਠਜੋੜ ਪਤਾ ਨਹੀਂ ਕਿੱਧਰ ਗਿਆ। ਸੋ ਮੈਨੂੰ ਲੱਗਦਾ ਕਿ ਇਹ ਉਹਨਾਂ ਦੀ ਆਮਦ ਕੋਸ਼ਿਸ਼ ਹੋਏਗੀ ਕਿ ਸਾਂਝਾਂ ਵੀ ਵਧਾਈਆਂ ਜਾਣ, ਇਸ ਗੱਠਜੋੜ ਨੂੰ ਚਿਰ ਸਦੀਵੀ ਵੀ ਬਣਾਇਆ ਜਾਵੇ। ਪਰ ਜੇ ਗੱਲ ਆਪਾਂ ਅਕਾਲੀ ਦਲ ਦੀ ਉਸ ਵੇਲੇ ਬਾਂਹ ਛੁਡਾਉਣ ਦੀ ਕਰਦੇ ਹਾਂ ਨਾ, ਤੇ ਭਰੋਸਾ ਮਾਇਆਵਤੀ ਹੋਰਾਂ ਦਾ ਵੀ ਨਹੀਂ ਹੈ ਜੀ। ਉਹ ਵੀ ਪਤਾ ਨਹੀਂ ਲੱਗਦਾ ਕਿ ਕਦੀ ਭਾਜਪਾ ਦੇ ਪੱਖ 'ਚ ਭੁਗਤ ਜਾਂਦੇ ਆ ਅੰਦਰ ਖਾਤੇ, ਕਦੀ ਕਾਂਗਰਸ ਦੇ ਪੱਖ 'ਚ ਭੁਗਤ ਜਾਂਦੇ ਆ, ਕੋਈ ਪਤਾ ਨਹੀਂ ਕਿ ਕਿਹੜੇ ਪਾਸੇ ਨੂੰ ਕਹਾਣੀ ਕਿਹੜੇ ਪਾਸੇ ਨੂੰ ਸੂਈ ਜਾਣੀ ਆ। ਫਿਲਹਾਲ ਇੰਨਾ ਜ਼ਰੂਰ ਹੈ ਕਿ ਅਕਾਲੀ ਦਲ ਇਹ ਗੱਲ ਜ਼ਰੂਰ ਮੰਨਦਾ ਕਿ ਮੋਗੇ ਤੋਂ ਜੇ ਅਸੀਂ ਚੋਣ ਮੁਹਿੰਮ ਦਾ ਆਗਾਜ਼ ਕਰਦੇ ਹਾਂ ਤਾਂ ਉਹਨਾਂ ਨੂੰ ਥੋੜ੍ਹਾ ਚੰਗੀ ਮਾਫਕ ਬੈਠ ਜਾਂਦੀ ਹੈ। ਇਸ ਵਾਰ ਦੀ ਮੋਗੇ ਦੀ ਰੈਲੀ ਉਹਨਾਂ ਨੂੰ ਮਾਫਕ ਬੈਠਦੀ ਹੈ ਜਾਂ ਨਹੀਂ ਬੈਠਦੀ, ਦੀਪਿਕਾ ਜੀ ਇਹ ਵਕਤ ਨੇ ਦੱਸਣਾ। ਬਿਲਕੁਲ ਜਸਵੀਰ ਜੀ, ਇਸ ਵਾਰ ਤਾਂ ਇੰਨੀਆਂ ਕੁ ਪਾਰਟੀਆਂ ਹੋ ਚੁੱਕੀਆਂ ਨੇ ਕਿ ਪੇਚ ਜੋ ਨੇ ਉਹ ਵੱਡੇ ਪੱਧਰ 'ਤੇ ਫਸਣਗੇ, ਔਰ ਚਰਚਾਵਾਂ ਜੋ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਗਰ ਕਿਸੇ ਸਰਕਾਰ ਨੂੰ ਬਹੁਮਤ ਨਹੀਂ ਮਿਲਦੀ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅੱਜ ਜਿਹੜੇ ਵਿਰੋਧੀ ਨੇ ਉਹ ਕੱਲ੍ਹ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਸਰਕਾਰ ਬਣਾਉਣ ਲਈ ਰਾਜ਼ੀ ਹੋ ਸਕਦੇ ਨੇ? ਕੀ ਨਹੀਂ ਹੁੰਦਾ ਦੀਪਿਕਾ ਜੀ, ਇੱਥੇ ਇੱਥੇ ਜੱਫੀਆਂ ਪੈ ਜਾਂਦੀਆਂ,
ਇਹ ਜੇ ਆਪਾਂ ਗੱਲ ਕਰ ਲਈਏ ਤੇ ਚੋਣਾਂ ਦੇ ਵਿੱਚ ਤਾਂ ਮਾਇਆਵਤੀ ਤੇ ਅਖਿਲੇਸ਼ ਯਾਦਵ ਹੋਰਾਂ ਦੀਆਂ ਨੇੜਤਾਵਾਂ ਬਣ ਗਈਆਂ ਸੀਗੀਆਂ। ਉਹ ਪਾਰਟੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਵਿਰੋਧ 'ਚ ਭੁਗਤਦੀ ਸੀ, ਕਿਉਂਕਿ ਮਾਇਆਵਤੀ ਨੂੰ ਇੱਕ ਵਾਰੀ ਜਿਸ ਤਰੀਕੇ ਨਾਲ ਜਿਹੜਾ ਉਹ ਰੈਸਟ ਹਾਊਸ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ, ਜਿਸ ਤਰੀਕੇ ਨਾਲ ਉਹ ਰੇੜਕਾ ਜਦੋਂ ਪੈਦਾ ਹੋਇਆ ਸੀ ਨਾ, ਉਸ ਰੇੜਕੇ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਕਦੀ ਨੇੜੇ ਨਹੀਂ ਲੱਗੀ ਸੀ ਸਮਾਜਵਾਦ ਪਾਰਟੀ ਦੇ, ਪਰ ਚੋਣਾਂ 'ਚ ਉਹਦਾ ਨਾਲ ਗੱਠਜੋੜ ਹੋ ਗਿਆ, ਮੁੜ ਕੇ ਫਿਰ ਟੁੱਟ ਗਿਆ ਚੋਣਾਂ ਤੋਂ ਬਾਅਦ ਜਦੋਂ ਲਾਹਾ ਨਹੀਂ ਹੋਇਆ। ਇਹ ਗੱਠਜੋੜ ਟੁੱਟਦੇ ਵੀ ਆ ਦੀਪਿਕਾ ਜੀ, ਤੇ ਗੱਠਜੋੜ ਬਣਦੇ ਵੀ ਆ। ਹੁਣ ਇਹੀ ਅਕਾਲੀ ਦਲ ਆ ਪੰਜਾਬ 'ਚ, ਬੀਜੇਪੀ ਨਾਲ ਗੱਠਜੋੜ ਹੁੰਦਾ ਸੀ, ਹਰਿਆਣੇ ਜਾ ਕੇ ਇਨੈਲੋ ਨਾਲ ਇਹਦਾ ਗੱਠਜੋੜ ਹੋ ਜਾਂਦਾ ਸੀ, ਬੀਜੇਪੀ ਦੇ ਵਿਰੋਧ 'ਚ ਭੁਗਤਦੀ ਸੀ, ਦਿੱਲੀ ਜਾ ਕੇ ਫਿਰ ਭਾਜਪਾ ਨਾਲ ਗੱਠਜੋੜ ਹੋ ਜਾਂਦਾ ਸੀ, ਯਾਨੀ ਕਿ ਬਾਰਡਰ ਟੱਪਦਿਆਂ ਤੁਹਾਡੀ ਭਾਈਵਾਲੀ ਬਦਲ ਜਾਂਦੀ ਸੀਗੀ। ਇੱਥੇ ਸਿਆਸਤ ਦੇ ਵਿੱਚ ਨਾ ਕੋਈ ਸਕਾ ਕਿਸੇ ਦਾ ਦੁਸ਼ਮਣ ਆ ਤੇ ਨਾ ਕੋਈ ਸਕਾ ਕਿਸੇ ਦਾ ਦੋਸਤ ਆ। ਇੱਥੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵੀ ਸਰਕਾਰ ਬਣਾਈ ਹੋਈ ਆ ਦਿੱਲੀ 'ਚ, ਭਾਵੇਂ 49 ਕੁ ਦਿਨ ਦੀ ਬਣੀ ਆ। ਸੋ ਇਸ ਕਰਕੇ ਚੋਣਾਂ ਤੋਂ ਬਾਅਦ ਜੇ ਗੱਠਜੋੜ ਦੀ ਸੰਭਾਵਨਾ ਬਣਦੀ ਹੈ, ਕਿਹੜਾ ਕਿਹੜੇ ਪਾਸੇ ਜਾਂਦਾ ਬਹੁਤਾ ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿ ਲੈ ਇਹਦਾ ਤਾਂ ਸੋਚਿਆ ਹੀ ਨਹੀਂ ਸੀ ਕਿ ਇੱਧਰਲੇ ਪਾਸੇ ਚੱਲ ਜੂਗਾ ਭਾਈ। ਕੁਰਸੀ ਹੈ ਉਹ, ਜਿੱਦਾਂ ਕਹਿੰਦੇ ਨਾ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ, ਤੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜੇ ਇੱਦਾਂ ਦੇ ਹਾਲਾਤ ਬਣਦੇ ਕਿ ਮੰਨ ਕੇ ਚੱਲੀਓ ਕੁਰਸੀ ਜਿੱਧਰ ਤੁਰਾਈ ਜਾਂਦੀ ਲੀਡਰ ਭੱਜੀ ਜਾਂਦੇ ਆ। ਜੀ ਬਿਲਕੁਲ ਜਸਵੀਰ ਜੀ, ਤਮਾਮ ਮੁੱਦਿਆਂ ਉੱਤੇ ਵਿਸਥਾਰਪੂਰਵਕ ਚਰਚਾ ਦੇ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਦੀਪਿਕਾ ਜੀ। ਤੇ ਨਿਊਜ਼ ਇਨ ਫੋਕਸ ਦੇਖ ਰਹੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ, ਨਿਊਜ਼ ਇਨ ਫੋਕਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਦੀਪਿਕਾ ਖੋਸਲਾ। ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਕਰਾਂਗੇ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਟਵੀਟ ਜੋ ਨੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮਚਾ ਦਿੰਦੇ ਨੇ, ਸਿਆਸੀ ਗਲਿਆਰਿਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੰਦੇ ਨੇ। ਤੇ ਹੁਣ ਫਿਰ ਇੱਕ ਵਾਰ ਨਵਾਂ ਟਵੀਟ ਜੋ ਹੈ ਉਹ ਦਾਗਿਆ ਗਿਆ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਨਾਲ ਹੀ ਗੱਲ ਕਰਾਂਗੇ ਕਿਸਾਨ ਆਗੂਆਂ ਦੀ, ਕਿਉਂਕਿ ਜੋ ਅੰਦੋਲਨ ਹੈ ਉਹ ਜਿੱਤ ਚੁੱਕੇ ਨੇ, ਲੇਕਿਨ ਹੁਣ ਪੰਜਾਬ ਦੀ ਸਿਆਸਤ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ ਜਾਂ ਨਹੀਂ ਨਿਭਾਉਣਗੇ, ਇਸ ਉੱਤੇ ਹਰੇਕ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ, ਕਿਉਂਕਿ ਕਾਫੀ ਜੋ ਲੋਕ ਨੇ ਉਹ ਚਾਹੁੰਦੇ ਨੇ ਤੀਸਰਾ ਬਦਲ, ਔਰ ਕਿਸਾਨ ਆਗੂਆਂ ਨੂੰ ਹੱਲਾਸ਼ੇਰੀ ਵੀ ਮਿਲ ਰਹੀ ਹੈ, ਲੇਕਿਨ ਅੱਗੇ ਦੀ ਰਣਨੀਤੀ ਕੀ ਹੋਵੇਗੀ ਉਸ ਉੱਤੇ ਚਰਚਾ ਹੋਵੇਗੀ। ਅਤੇ ਨਾਲ ਹੀ ਗੱਲ ਕਰਾਂਗੇ ਅੱਜ ਰਾਘਵ ਚੱਡਾ ਦੇ ਵੱਲੋਂ ਜੋ ਤੜਕਸਾਰ ਹੀ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਚੰਨੀ ਸਰਕਾਰ ਦੇ ਮੰਤਰੀਆਂ ਉੱਤੇ ਦੋਸ਼ ਲਗਾਏ ਸਨ, ਅਤੇ ਉਸ ਉੱਤੇ ਹੁਣ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਪਲਟਵਾਰ ਕੀਤਾ ਹੈ। ਤਮਾਮ ਮੁੱਦਿਆਂ ਉੱਤੇ ਚਰਚਾ ਹੋਵੇਗੀ। ਮੇਰੇ ਨਾਲ ਟੀਵੀ ਪੰਜਾਬ ਦੇ ਸੀਨੀਅਰ ਪੱਤਰਕਾਰ ਜਸਵੀਰ ਹੁਸੈਨ ਜੀ ਮੌਜੂਦ ਨੇ। ਜਸਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਦੀਪਿਕਾ ਜੀ, ਔਰ ਟੀਵੀ ਪੰਜਾਬ ਦੇ ਤਮਾਮ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤਾਂ ਜਸਵੀਰ ਜੀ, ਸਭ ਤੋਂ ਪਹਿਲਾਂ ਗੱਲ ਨਵਜੋਤ ਸਿੰਘ ਸਿੱਧੂ ਹੁਣਾਂ ਦੀ, ਚੋਣਾਂ ਨੇੜੇ ਨੇ ਔਰ ਜਿਸ ਤਰ੍ਹਾਂ ਦੇ ਟਵੀਟ ਸਾਹਮਣੇ ਆ ਰਹੇ ਨੇ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ, ਵੈਸੇ ਤਾਂ ਉਹ ਆਪਣੀਆਂ ਟਵੀਟ ਔਰ ਬਿਆਨਬਾਜ਼ੀਆਂ ਕਾਰਨ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੇ ਨੇ, ਪਰ ਇੱਕ ਵਾਰ ਫਿਰ ਤੋਂ ਟਵੀਟ ਦਾਗਿਆ ਗਿਆ ਹੈ, ਕੀ ਕਹੋਗੇ? ਦੀਪਿਕਾ ਜੀ, ਸਾਰੀ ਕਹਾਣੀ ਕੱਲ੍ਹ ਦੇ ਲਾਅ ਭਵਨ ਦੇ ਪ੍ਰੋਗਰਾਮ ਦੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਕੱਲ੍ਹ ਜਿਸ ਤਰੀਕੇ ਨਾਲ ਲਾਅ ਭਵਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ 'ਤੇ ਹੱਲਾ ਬੋਲਦਿਆਂ ਹਾਈਕਮਾਨ ਦੇ ਉੱਤੇ ਇਹ ਕਹਿਤਾ ਕਿ ਮੈਂ ਕੋਈ ਸ਼ੋਅ ਪੀਸ ਥੋੜ੍ਹੀ ਹਾਂ ਕਿ ਵਰਤਿਆ ਅਤੇ ਮੁੜ ਕੇ ਫਿਰ ਰੱਖ ਦਿੱਤਾ। ਮੈਂ ਸ਼ੋਅ ਪੀਸ ਬਣ ਕੇ ਨਹੀਂ ਰਹਿਣਾ, ਮੈਂ ਕੰਮ ਕਰਨ ਵਾਲਾ ਬੰਦਾ। ਔਰ ਸ਼ੋਅ ਪੀਸ ਵਾਲੀ ਗੱਲ 2019 ਦੇ ਵਿੱਚ ਵੀ ਚੱਲੀ ਸੀਗੀ। 19 ਦੇ ਵਿੱਚ ਕਾਂਗਰਸ ਹਾਈਕਮਾਨ ਦੇ ਵੱਲੋਂ
ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕਾਂ 'ਚ ਰੱਖਿਆ ਗਿਆ ਸੀਗਾ ਜੀ, ਸੂਚੀ ਦੇ ਵਿੱਚ ਉਹਨਾਂ ਦਾ ਨਾਮ ਸੀ, ਪਰ ਨਵਜੋਤ ਸਿੰਘ ਸਿੱਧੂ ਕਿਤੇ ਪ੍ਰਚਾਰ ਕਰਨ ਲਈ ਨਹੀਂ ਨਿਕਲੇ ਸੀਗੇ। ਕਾਰਨ, ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਸ਼ੋਅ ਪੀਸ ਨਹੀਂ ਮਿਲਣਾ। ਬਾਅਦ 'ਚ ਥੋੜ੍ਹਾ ਬਹੁਤਾ ਮਨਾਇਆ ਜਾਂਦਾ ਆ, ਮਨਾਉਣ ਤੋਂ ਬਾਅਦ ਕੀ ਹੁੰਦਾ ਆ ਕਿ ਕੁਝ ਹਲਕਿਆਂ 'ਚ ਬਾਹਰ ਪ੍ਰਚਾਰ ਕਰਕੇ ਆਉਂਦੇ, ਪੰਜਾਬ ਦੇ ਵਿੱਚ ਆਣ ਕੇ ਜਿਹੜਾ ਆ ਉਹ ਖਾਸ ਤੌਰ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਪ੍ਰਚਾਰ ਕਰਦੇ ਆ। ਸੋ ਇੱਦਾਂ ਦੀਆਂ ਚਰਚਾਵਾਂ ਵੀ ਜਿਹੜੀਆਂ ਉਹ ਚੱਲੀਆਂ। ਫਿਰ ਉਸ ਤੋਂ ਬਾਅਦ ਉਹ 75-25 ਵਾਲੇ ਮਾਮਲੇ ਦਾ ਕਰਕੇ ਫਿਰ ਪੇਚਾ ਫਸ ਗਿਆ ਕੈਪਟਨ ਅਮਰਿੰਦਰ ਸਿੰਘ ਨਾਲ, ਅਤੇ ਕੈਪਟਨ ਨੇ ਉਸੇ ਵੇਲੇ ਹੀ ਕਹਿਤਾ ਸੀਗਾ ਕਿ ਸਿੱਧੂ ਮੇਰੀ ਕੁਰਸੀ 'ਤੇ ਬੈਠਣਾ ਚਾਹੁੰਦਾ, ਰੇੜਕਾ ਉੱਥੇ ਵਧਿਆ ਸੀਗਾ। ਫਿਰ ਉਹਦੇ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਆਈਆਂ ਵਿਧਾਨ ਸਭਾ ਦੀਆਂ, ਨਵਜੋਤ ਸਿੰਘ ਸਿੱਧੂ ਦਾ ਨਾਮ ਫਿਰ ਸਟਾਰ ਪ੍ਰਚਾਰਕਾਂ 'ਚ ਸੀਗਾ, ਨਵਜੋਤ ਸਿੰਘ ਸਿੱਧੂ ਉੱਥੇ ਪ੍ਰਚਾਰ ਕਰਨ ਲਈ ਗਿਆ ਜੀ। ਫਿਰ ਚਰਚਾ ਇਹ ਚੱਲਦੀ ਸੀ ਕਿ ਸ਼ਾਇਦ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਜਾ ਸਕਦੇ ਨੇ, ਇਸ ਕਰਕੇ ਪ੍ਰਚਾਰ ਨਹੀਂ ਕਰ ਰਹੇ। ਪਰ ਸਿੱਧੂ ਨਹੀਂ ਗਿਆ, ਸਿੱਧੂ ਨੇ ਉਦੋਂ ਵੀ ਇਹੀ ਗੱਲ ਕਹੀ ਸੀ ਮੈਂ ਸ਼ੋਅ ਪੀਸ ਨਹੀਂ ਆ ਕਿ ਜਦੋਂ ਤੁਹਾਡੀਆਂ ਚੋਣਾਂ ਆਉਣ ਤੇ ਸਟਾਰ ਪ੍ਰਚਾਰਕ ਬਣ ਕੇ ਉੱਥੇ ਕੰਮ ਕਰਾਂ ਤੇ ਮੁੜ ਕੇ ਬੈਠਾ ਰਵਾਂ। ਹੁਣ ਉਸ ਸਭ ਤੋਂ ਬਾਅਦ ਕੱਲ ਫਿਰ ਉਹਨਾਂ ਨੇ ਉਹ ਲਾਓ ਭਵਨ ਦੇ ਵਿੱਚ ਇਹੀ ਗੱਲ ਕਹੀ ਕਿ ਮੈਂ ਸ਼ੋਅ ਪੀਸ ਨਹੀਂ ਬਣਨਾ ਚਾਹੁੰਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੇਰੇ ਹੱਥ 'ਚ ਤਾਕਤ ਨਹੀਂ ਆ, ਸੰਗਠਨ ਦੀ ਤਾਕਤ ਹੈ, ਤੇ ਜੇ ਪ੍ਰਸ਼ਾਸਨਿਕ ਤਾਕਤ ਹੋਵੇ ਤਾਂ ਮੈਂ ਬੜਾ ਕੁਝ ਕਰ ਸਕਦਾ, ਪ੍ਰਸ਼ਾਸਨਿਕ ਤਾਕਤ ਮੇਰੇ ਕੋਲ ਹੈ ਨਹੀਂ ਹੈ। ਮਤਲਬ ਸਿੱਧੂ ਚਾਹੁੰਦੇ ਆ ਕਿ ਤਾਕਤ ਉਹਨਾਂ ਦੇ ਕੋਲ ਹੋਵੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ, ਬਹੁਤ ਸਾਰੇ ਲੋਕ ਕਹਿੰਦੇ ਕਿ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੇ ਜਿਤਾਤੀ ਆ। ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਚੱਲੀਆਂ ਤਾਂ ਫਿਰ ਕਨਸੋਹਾਂ ਤੁਰਨੀਆਂ ਸ਼ੁਰੂ ਹੋ ਗਈਆਂ ਦੀਪਿਕਾ ਜੀ, ਕਿ ਕੀ ਨਵਜੋਤ ਸਿੰਘ ਸਿੱਧੂ ਹੁਰੀ ਪਾਰਟੀ ਛੱਡ ਰਿਹਾ, ਕੀ ਨਵਜੋਤ ਸਿੰਘ ਸਿੱਧੂ ਹੁਰੀ ਕਿਸੇ ਹੋਰ ਪਾਸੇ ਜਾ ਰਹੇ, ਕਿਉਂਕਿ ਆਮ ਆਦਮੀ ਪਾਰਟੀ ਬੜਾ ਪ੍ਰਚਾਰ ਕਰਦੀ ਹੈ ਕਿ ਸਿੱਧੂ ਸਾਡੀ ਪਾਰਟੀ 'ਚ ਆਉਣਾ ਚਾਹੁੰਦੇ। ਬਕਾਇਦਾ ਆਪ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁਲਾਕਾਤਾਂ ਹੋਈਆਂ ਸੀ, ਆਉਣਾ ਤਾਂ ਚਾਹੁੰਦੇ ਸੀਗੇ, ਪਰ ਹੁਣ ਲੱਗਦਾ ਕਿ ਉਹਨਾਂ ਨੇ ਕਾਂਗਰਸ ਦੇ ਵਿੱਚ ਹੀ ਆਪਣਾ ਪੱਕਾ ਘਰ ਬਣਾ ਲਿਆ, ਜਾਂ ਕਹਿ ਲਓ ਕਿ ਉਹ ਖੁਸ਼ ਨੇ, ਠੀਕ ਨੇ, ਉਹ ਹੁਣ ਆਉਣਾ ਨਹੀਂ ਚਾਹੁੰਦੇ, ਪਰ ਕਿਸੇ ਸਮੇਂ ਆਉਣਾ ਚਾਹੁੰਦੇ ਸੀ। ਇਹ ਗੱਲ ਅਰਵਿੰਦ ਕੇਜਰੀਵਾਲ ਨੇ ਕਹੀ ਸੀ, ਅਤੇ ਉਹ ਚਰਚਾ ਲਗਾਤਾਰ ਚੱਲੀ ਜਦੋਂ ਵੀ ਆਪਣੀ ਸਰਕਾਰ ਨੂੰ ਸਿੱਧੂ ਘੇਰਦੇ ਸੀਗੇ ਕਿ ਸ਼ਾਇਦ ਸਿੱਧੂ ਅੱਜ ਵੀ ਆਮ ਆਦਮੀ ਪਾਰਟੀ 'ਚ ਗਿਆ ਅਤੇ ਭੜਕੇ ਵੀ ਆਮ ਆਦਮੀ ਪਾਰਟੀ 'ਚ ਗਿਆ ਜੀ। ਉਹਨਾਂ ਚਰਚਾਵਾਂ ਨੂੰ ਵਿਰਾਮ ਲਵਾਉਂਦਿਆਂ ਬਕਾਇਦਾ ਇਸ ਸਮਾਗਮ ਦੀ ਵੀਡੀਓ ਪੋਸਟ ਕਰਦਿਆਂ, ਟਵੀਟ ਕਰਦਿਆਂ ਸਿੱਧੂ ਨੇ ਇਹ ਲਿਖਿਆ ਆ ਕਿ ਮੈਂ ਆਪਣੀ ਰਾਹ 'ਤੇ ਬਾਦਸਤੂਰ ਜਿਹੜਾ ਚੱਲਦਾ ਰਹਾਂਗਾ, ਜੋ ਮਰਜ਼ੀ ਹੋ ਜਾਵੇ ਪੰਜਾਬ ਮਿਸ਼ਨ ਦੀ ਗੱਲ ਕਰਾਂਗਾ, ਅਤੇ ਪੰਜਾਬ ਮਿਸ਼ਨ ਦੀ ਗੱਲ ਕਰਦਾ ਹੋਇਆਂ ਪਾਰਟੀ ਤੋਂ ਅਲੈਦਾ ਨਹੀਂ ਹੋਵਾਂਗਾ, ਅਹੁਦਿਆਂ ਦੀ ਮੈਨੂੰ ਕੋਈ ਲਾਲਸਾ ਨਹੀਂ ਆ, ਅਹੁਦਾ ਮਿਲੇ ਭਾਵੇਂ ਨਾ ਮਿਲੇ ਆਖਰੀ ਸਾਹਾਂ ਤੱਕ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਮੈਂ ਕੰਮ ਕਰਦਾ ਰਹਾਂਗਾ, ਉਹਨਾਂ ਦੇ ਵਰਕਰ ਦੇ ਤੌਰ 'ਤੇ ਕੰਮ ਕਰਦਾ ਰਹਾਂਗਾ। ਇਹ ਸੁਨੇਹਾ ਆ ਉਹਨਾਂ ਲੋਕਾਂ ਲਈ ਨਵਜੋਤ ਸਿੰਘ ਸਿੱਧੂ ਦਾ ਜਿਹੜੇ ਇਹ ਲਗਾਤਾਰ ਕਿਆਸ ਲਾ ਰਹੇ ਨੇ, ਜਾਂ ਫਿਰ ਜਿਹੜੇ ਕਹਿ ਰਹੇ ਨੇ ਕਿ ਸਾਡੀ ਪਾਰਟੀ 'ਚ ਆਉਣਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਸੁਨੇਹਾ ਆ ਕਿ ਭਾਵੇਂ ਮੈਨੂੰ ਕੁਝ ਮਿਲੇ ਅਤੇ ਭਾਵੇਂ ਨਾ ਮਿਲੇ, ਮੇਰੀ ਆਖਰੀ ਪਾਰਟੀ ਜਿਹੜੀ ਇਸ ਸਮੇਂ ਕਾਂਗਰਸ ਹੋਏਗੀ। ਪਰ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਆ ਕਿ ਸਮਾਗਮ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਕਹਿਤੀ ਸੀਗੀ ਕਿ ਮੈਂ ਪ੍ਰਿਯੰਕਾ ਗਾਂਧੀ ਅਤੇ ਨਾਲ ਰਾਹੁਲ ਗਾਂਧੀ ਹੋਰਾਂ ਦਾ ਕਾਰਕੁਨ ਬਣ ਕੇ ਚੱਲਾਂਗਾ, ਪਰ ਪੰਜਾਬ ਮਿਸ਼ਨ ਦੀ ਜੇ ਗੱਲ ਕਰਨਗੇ, ਜੇ ਪੰਜਾਬ ਦੀ ਗੱਲ ਕਰਨਗੇ, ਅਤੇ ਜੇ ਭੜਕ ਨੂੰ ਲੱਗਾ ਸਿੱਧੂ ਹੋਰਾਂ ਨੂੰ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤਾਂ ਪੰਜਾਬ ਦੀ ਗੱਲ ਕਰਦੇ ਨੇ, ਤਾਂ ਕੀ ਨਵਜੋਤ ਸਿੰਘ ਸਿੱਧੂ ਪਾਰਟੀ ਛੱਡ ਦੇਣਗੇ? ਇਹ ਬਹੁਤ ਵੱਡਾ ਸਵਾਲ ਹੈ। ਪਰ ਇਹਨਾਂ ਦੇ ਟਵੀਟ ਜਿਹੜੇ ਆ ਉਹ ਨਵੀਂ ਤੋਂ ਨਵੀਂ ਚਰਚਾ ਛੇੜਦੇ ਨੇ ਦੀਪਿਕਾ ਜੀ, ਇਸ ਕਰਕੇ ਸਾਡੇ ਲਈ ਵੀ ਮਜਬੂਰੀ ਹੋ ਜਾਂਦੀ ਹੈ ਅਤੇ ਉਹਨਾਂ ਦੇ ਉੱਤੇ ਚਰਚਾ ਲਾਜ਼ਮੀ ਤੌਰ 'ਤੇ ਕੀਤੀ ਜਾਵੇ ਜੀ। ਬਿਲਕੁਲ, ਔਰ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਅੱਗੇ ਕਾਂਗਰਸ ਦੇ ਵਿੱਚ ਕੀ ਹੁੰਦਾ ਹੈ, ਕਿਉਂਕਿ ਹਜੇ ਤੱਕ ਜਿਸ ਤਰ੍ਹਾਂ ਦੀ ਸਿਚੁਏਸ਼ਨ ਜਸਵੀਰ ਜੀ ਦੇਖਣ ਨੂੰ ਮਿਲ ਰਹੀ ਹੈ, ਬੇਸ਼ੱਕ ਨਵਜੋਤ ਸਿੰਘ ਸਿੱਧੂ ਅੱਗੇ ਵੱਧਦੇ ਨੇ, ਪਰ ਕਿਤੇ ਨਾ ਕਿਤੇ ਹਾਈਕਮਾਨ ਕਹਿ ਲਓ ਜਾਂ ਹਰੀਸ਼ ਚੌਧਰੀ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਜੋ ਇੰਚਾਰਜ ਨੇ, ਕਿਤੇ ਨਾ ਕਿਤੇ ਬੇੜੀਆਂ ਜ਼ਰੂਰ ਬਣਦੇ ਹੋਏ ਦਿਖਾਈ ਦੇ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਲਿਸਟਾਂ ਜਾਂਦੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ, ਪਰ ਉਹ ਲਿਸਟਾਂ ਚੇਂਜ ਹੋ ਜਾਂਦੀਆਂ ਨੇ,
ਔਰ ਸ਼ਾਇਦ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਜੋ ਆਗੂ ਨੇ ਵਿਧਾਇਕ ਨੇ ਉਹਨਾਂ ਨੂੰ ਨਾਰਾਜ਼ ਵੀ ਹਾਈਕਮਾਨ ਨਹੀਂ ਕਰਨਾ ਚਾਹੁੰਦੇ, ਸਿਰਫ ਇੱਕ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ, ਇਸ ਉੱਤੇ ਕੀ ਕਹਿਣਾ ਚਾਹੋਗੇ? ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਸਿੱਧੂ ਨੇ ਇੱਕ ਫਾਰਮੂਲਾ ਘੜਿਆ ਸੀਗਾ ਕਿ ਲਓ ਭਾਈ ਆਪਾਂ ਇੱਕ ਪ੍ਰਧਾਨ ਲਾਵਾਂਗੇ ਨਾਲ ਦੋ ਕਾਰਜਕਾਰੀ ਪ੍ਰਧਾਨ ਲਾਵਾਂਗੇ, ਜਿੱਦਾਂ ਮੇਰੇ ਮਾਮਲੇ 'ਚ ਕੀਤਾ ਜੀ, ਮੈਨੂੰ PPC ਪ੍ਰਧਾਨ ਬਣਾਇਆ, ਮੇਰੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਲਾਏ। ਤੇ ਹੁਣ ਆਪਾਂ ਜ਼ਿਲ੍ਹਾ ਪੱਧਰੀ ਇਹ ਕੰਮ ਕਰਨਾ ਕਿ ਇੱਕ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਹੁੰਦਾ, ਇੱਕ ਦਿਹਾਤੀ ਪ੍ਰਧਾਨ ਹੁੰਦਾ, ਦੋ ਉਹ ਪ੍ਰਧਾਨ ਹੋਣਗੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਹੋਣਗੇ। ਇਹਦੇ ਨਾਲ ਅਹੁਦੇਦਾਰੀਆਂ ਵੀ ਵਧਣਗੀਆਂ, ਉਹਦੇ ਨਾਲ ਜ਼ਿੰਮੇਵਾਰੀਆਂ ਵੀ ਵਧਣਗੀਆਂ ਤੇ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੀ ਕਾਂਗਰਸ। ਇਹ ਸਿੱਧੂ ਦਾ ਖਿਆਲ ਸੀ ਜੀ, ਪਰ ਇਸ ਫਾਈਲ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਕਾਰਨ ਕਿ ਸਿੱਧੂ ਨੇ ਜਾਂ ਤਾਂ ਆਪਣੇ ਚਹੇਤਿਆਂ ਨੂੰ ਇਹਨਾਂ ਅਹੁਦੇਦਾਰੀਆਂ ਦੇ ਵਿੱਚ ਰੱਖਿਆ ਜਾਂ ਆਪਣੇ ਚਹੇਤਿਆਂ ਦੇ ਚਹੇਤਿਆਂ ਨੂੰ ਰੱਖਿਆ, ਇਹਦਾ ਕਰਕੇ ਬਹੁਤ ਸਾਰਿਆਂ ਨੇ ਇਤਰਾਜ਼ ਜਤਾਇਆ ਤੇ ਉੱਥੇ ਦੀ ਉੱਥੇ ਗੱਲ ਰਹਿ ਗਈ। ਹੁਣ ਕੀ ਕੀਤਾ ਕਿ ਉਹ ਫਾਰਮੂਲਾ ਨਾ ਲੈ ਕੇ ਕਾਂਗਰਸ ਦੇ ਵੱਲੋਂ ਅਬਜ਼ਰਵਰ ਲਗਾਉਣ ਦੀ ਜਿਹੜੀ ਆ ਉਹ ਨਿਯੁਕਤੀਆਂ ਕਰਨ ਦੀ ਕਾਰਵਾਈ ਜਿਹੜੀ ਆ ਉਹ ਚਲਾਈ ਜਾ ਰਹੀ ਹੈ। ਔਰ ਦੀਪਿਕਾ ਜੀ ਦੇਖੋ, ਇਸ ਸਭ ਦੇ ਦਰਮਿਆਨ ਇੱਕ ਹੋਰ ਖਬਰ ਜਿਹੜੀ ਆ ਉਹ ਹੁਣੇ ਹੁਣੇ ਨਿਕਲ ਕੇ ਆਈ ਹੈ ਕਿ ਕਾਂਗਰਸ ਨੇ ਸੁਨੀਲ ਜਾਖੜ ਨੂੰ ਵੀ ਐਕਟਿਵ ਕਰ ਲਿਆ ਜੀ। ਜਾਖੜ ਸਾਹਿਬ ਜਿਨ੍ਹਾਂ ਦਾ ਲੱਗਦਾ ਸੀਗਾ ਕਿ ਅਹੁਦਾ ਤਾਂ ਉਹਨਾਂ ਨੂੰ ਦੇ ਦਿੱਤਾ ਗਿਆ ਕੰਪੇਨ ਕਮੇਟੀ ਦਾ, ਪਰ ਉਹਨਾਂ ਨੇ ਅਹੁਦਾ ਸੰਭਾਲਿਆ ਨਹੀਂ, ਨਾ ਕੋਈ ਸਰਗਰਮੀ ਦਿਖਾ ਰਹੇ ਨੇ, ਚੁੱਪ ਗੜੁੱਪ ਬੈਠੇ ਨੇ। ਆਖਰ ਉਹਨਾਂ ਦੀ ਸਲਾਹ ਕੀ ਹੈ ਜੀ? ਅਖੀਰ ਸੁਨੀਲ ਜਾਖੜ ਹੋਰਾਂ ਨੇ ਹੁਣ 15 ਦਸੰਬਰ ਨੂੰ ਇਹ ਮੀਟਿੰਗ ਬੁਲਾ ਲਈ ਹੈ ਕਿ ਕੰਪੇਨ ਕਮੇਟੀ ਨੂੰ ਆਪਾਂ ਕਿਵੇਂ ਚਲਾਉਣਾ, ਕੰਪੇਨ ਕਿਵੇਂ ਆਰੰਭਣੀ ਆ, ਤੇ ਉਹਦੇ ਲਈ ਮੀਟਿੰਗ ਦੀ ਤਰੀਕ 15 ਦਸੰਬਰ ਜਿਹੜੀ ਉਹ ਤੈਅ ਕੀਤੀ ਗਈ ਆ। ਤੇ ਦੀਪਿਕਾ ਜੀ, ਜੇ ਜਾਖੜ ਹੋਰੀ ਵੀ ਸਰਗਰਮ ਹੁੰਦੇ ਆ, ਹੁਣ ਕਾਟੋ ਕਲੇਸ਼ ਤਾਂ ਜਾਖੜ ਸਾਹਿਬ ਤੇ ਸਿੱਧੂ ਹੋਰਾਂ ਦੇ ਦਰਮਿਆਨ ਵੀ ਕਾਫੀ ਰਿਹਾ, ਟਵੀਟੋ ਟਵੀਟੀ ਹੋ ਕੇ ਜੀ, ਮੇਣਿਓ ਮੇਣੀ ਉੱਥੇ ਹੀ ਹੁੰਦੇ ਟਵੀਟ ਤੇ, ਟਵਿੱਟਰ ਤੇ। ਸੋ ਉਹ ਉਹਨਾਂ ਦੇ ਵਿੱਚ ਵੀ ਬਥੇਰੀਆਂ ਚੀਜ਼ਾਂ ਚੱਲਦੀਆਂ ਆ। ਹੁਣ ਮਸਲਾ ਇਹ ਖੜਾ ਹੋਣਾ ਕਿ ਧਿਰਾਂ ਇੱਕ ਨਹੀਂ ਦੋ ਨਹੀਂ ਹੋਣੀਆਂ, ਧਿਰਾਂ ਚਾਰ ਪੰਜ ਹੋ ਜਾਣੀਆਂ ਜੀ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਆਪਣਾ ਤਰੀਕਾ ਹੈ ਕੰਮ ਕਰਨ ਦਾ, ਉਹ ਆਪਣੇ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਹੁਣ ਸਿੱਧੂ ਹੋਰਾਂ ਦਾ ਆਪਣਾ ਤਰੀਕਾ ਕੰਮ ਕਰਨ ਦਾ, ਉਹ ਆਪਣੇ ਤਰੀਕੇ ਨਾਲ ਕੰਮ ਕਰਨਗੇ। ਚੰਨੀ ਹੋਰਾਂ ਦਾ ਆਪਣਾ ਤਰੀਕਾ, ਉਹ ਉਦਾਂ ਕਰਨਗੇ। ਹਰੀਸ਼ ਚੌਧਰੀ ਆਪਣੇ ਤਰੀਕੇ ਨਾਲ ਕੰਮ ਕਰਨਗੇ, ਸੁਨੀਲ ਜਾਖੜ ਆਪਣੇ ਤਰੀਕੇ ਨਾਲ ਕੰਮ ਕਰਨਗੇ। ਇਹ ਕਈ ਦਿਸ਼ਾਵੀ ਜਦੋਂ ਚੀਜ਼ਾਂ ਹੋਣਗੀਆਂ ਇਹ ਕਾਂਗਰਸ ਦੇ ਪੱਖ 'ਚ ਵੀ ਭੁਗਤ ਸਕਦੀਆਂ ਨੇ ਅਤੇ ਕਾਂਗਰਸ ਲਈ ਮਾਰੂ ਵੀ ਸਾਬਤ ਹੋ ਸਕਦੀਆਂ ਨੇ। ਦੀਪਿਕਾ ਜੀ, ਸਿੱਧੂ ਲਈ ਕੁਝ ਹੋਵੇ ਨਾ ਹੋਵੇ, ਸਿੱਧੂ ਹਾਰਦਾ ਆ, ਸਿੱਧੂ ਜਿੱਤਦਾ ਆ, ਸਿੱਧੂ ਨੂੰ ਕੁਝ ਮਿਲਦਾ ਆ ਨਹੀਂ ਮਿਲਦਾ, ਉਹ ਸਾਰੀਆਂ ਗੱਲਾਂ ਦੋਇਮ ਦਰਜੇ 'ਤੇ ਚਲੇ ਜਾਂਦੀਆਂ। ਕਾਂਗਰਸ ਦੁਬਾਰਾ ਸੱਤਾ 'ਚ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ, ਮੈਨੂੰ ਲੱਗਦਾ ਕਿ ਇਹ ਜ਼ਿਆਦਾ ਮਹੱਤਵਪੂਰਨ ਹੈ ਕਾਂਗਰਸ ਲਈ। ਉਹ ਭਾਵੇਂ ਸਿੱਧੂ ਆ, ਉਹ ਭਾਵੇਂ ਚੰਨੀ ਹੋਰੀ ਆ, ਭਾਵੇਂ ਹਰੀਸ਼ ਚੌਧਰੀ ਹੈ, ਭਾਵੇਂ ਸੁਨੀਲ ਜਾਖੜ ਆ, ਅਤੇ ਭਾਵੇਂ ਹਨ ਪ੍ਰਤਾਪ ਬਾਜਵਾ, ਅਤੇ ਜਾਂ ਫਿਰ ਹਾਈਕਮਾਨ ਆ, ਸੱਤਾ 'ਚ ਰਹਿਣਾ ਜਾਂ ਸੱਤਾ ਤੋਂ ਬਾਹਰ ਨਿਕਲਣਾ, ਇਹ ਜ਼ਿਆਦਾ ਮਹੱਤਵਪੂਰਨ ਆ। ਕਿਹੜੀ ਕੁਰਸੀ ਕਿਹਨੂੰ ਮਿਲਦੀ ਹੈ ਇਹ ਮੈਨੂੰ ਲੱਗਦਾ ਕਿ ਸਾਡੇ ਲਈ ਹੋ ਸਕਦਾ ਕਿ ਮਹੱਤਵਪੂਰਨ ਨਾ ਹੋਵੇ, ਪਰ ਕੁਰਸੀ ਦੇ ਜਿਹੜੇ ਚਾਹਵਾਨ ਨੇ ਦੀਪਿਕਾ ਜੀ, ਉਹਨਾਂ ਲਈ ਕਿੱਦਾਂ ਇਹ ਚੀਜ਼ ਹੋ ਸਕਦੀ? ਉਹਨਾਂ ਲਈ ਕਾਂਗਰਸ ਦੋਇਮ ਦਰਜੇ 'ਤੇ ਆ, ਆਪਣਾ ਅਹੁਦਾ ਪਹਿਲੇ ਦਰਜੇ 'ਤੇ ਆ। ਬਿਲਕੁਲ ਜਸਵੀਰ ਜੀ, ਸਿਆਸਤਦਾਨਾਂ ਲਈ ਕੁਰਸੀ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਹੈ, ਪੰਜਾਬ ਦੇ ਮੁੱਦੇ ਤਾਂ ਬਾਅਦ ਦੀ ਗੱਲ ਹੈ। ਖੈਰ, ਔਰ ਇਸੇ ਦਰਮਿਆਨ ਇੱਕ ਆਸ ਜੋ ਲੋਕ ਲਗਾ ਕੇ ਬੈਠ ਰਹੇ ਨੇ, ਜਿਸ ਤਰ੍ਹਾਂ ਦੀਆਂ ਚਰਚਾਵਾਂ ਵੀ ਛਿੜ ਰਹੀਆਂ ਨੇ ਕਿਸਾਨ ਆਗੂਆਂ ਦੀ, ਹਾਲਾਂਕਿ ਕੋਈ ਰਣਨੀਤੀ ਦੇ ਬਾਰੇ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਗੱਲਬਾਤ, ਉਹ ਜਦੋਂ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਸਾਰਾ ਜੋ ਚਰਚਾ ਹੈ ਉਹ ਸਾਹਮਣੇ ਨਿਕਲ ਕੇ ਆਏਗੀ। ਲੇਕਿਨ ਜੋ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਕਿਸਾਨ ਆਗੂ ਜੋ ਨੇ ਉਹ ਸਿਆਸਤ ਵਿੱਚ ਆਉਣੇ ਚਾਹੀਦੇ ਨੇ, ਪੰਜਾਬ ਦੀ ਸਿਆਸਤ ਬਦਲ ਕੇ ਰੱਖ ਦੇਣਗੇ ਇਹ ਸਿਆਸਤਦਾਨ ਅਗਰ ਬਣਦੇ ਨੇ, ਕਿਉਂਕਿ ਜਿਸ ਤਰ੍ਹਾਂ ਦੀ ਸੂਝਬੂਝ ਦੀ ਇਹਨਾਂ ਨੇ ਕਹਿ ਲਓ ਕਿ ਉੱਥੇ ਉਦਾਹਰਣ ਪੇਸ਼ ਕੀਤੀ ਹੈ, ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਝੁਕਾ ਦਿੱਤਾ ਹੈ, ਇੱਕ ਸਾਲ ਜਿਸ ਠਰਮੇ ਨਾਲ ਉਹ ਬੈਠੇ ਰਹੇ ਨੇ, ਔਰ
ਕੇਂਦਰ ਦੇ ਐਕਸਪਰਟਸ ਨੂੰ ਵੀ ਮਾਤ ਪਾ ਕੇ ਆ ਗਏ ਨੇ, ਇਹ ਅਸੀਂ ਕਹਿ ਸਕਦੇ ਹਾਂ। ਉਹ ਲੋਕ ਜਿਹੜੇ ਇਹਨਾਂ ਨੂੰ ਦੇਸੀ ਕਹਿੰਦੇ ਸੀ, ਇਹ ਦੇਸੀ ਐਕਸਪਰਟਸ ਨੂੰ ਮਾਤ ਪਾ ਕੇ ਆ ਗਏ ਨੇ, ਤਾਂ ਬਹੁਤ ਜੋ ਕਹਿ ਲਓ ਕਿ ਸੰਭਾਵਨਾਵਾਂ ਹੁਣ ਇੱਥੇ ਵੀ ਲੋਕ ਇਹਨਾਂ ਵਿੱਚ ਦੇਖਣ ਲੱਗ ਪਏ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਅਸਲ 'ਚ ਪੰਜਾਬ ਦੇ ਵਿੱਚ ਇੱਕ ਸਿਆਸੀ ਖਲਾ ਹੈ ਦੀਪਿਕਾ ਜੀ, ਤੀਸਰੇ ਬਦਲ ਦਾ। ਕਿ ਕੋਈ ਸਮਾਂ ਸੀਗਾ ਕਾਂਗਰਸ ਅਕਾਲੀ ਦਲ ਤੋਂ ਅੱਕ ਕੇ ਲੋਕ ਤੀਸਰੇ ਬਦਲ ਦੀ ਭਾਲ 'ਚ ਸੀ, ਅਤੇ ਉਸ ਤੀਸਰੇ ਬਦਲ ਦਾ ਖਲਾ ਜਿਹੜਾ ਆ ਉਹ ਭਰਨ ਦੀ ਕੋਸ਼ਿਸ਼ ਕੀਤੀ ਪੀਪਲਸ ਪਾਰਟੀ ਆਫ ਪੰਜਾਬ, ਜਿਹੜੀ ਮਨਪ੍ਰੀਤ ਬਾਦਲ ਨੇ ਬਣਾਈ। ਪਰ ਹੋਇਆ ਕਿ ਉਹਦੇ ਵਿੱਚ ਉਹੀ ਰਵਾਇਤੀ ਪਾਰਟੀਆਂ ਦੇ ਹੀ ਕੱਢੇ ਵੱਢੇ ਹੋਏ ਬੰਦੇ ਜਿਹੜੇ ਉਹਨਾਂ ਨੇ ਰੱਖ ਲਿਆ, ਅਤੇ ਲੋਕਾਂ ਨੂੰ ਲੱਗਣ ਲੱਗ ਪਿਆ ਕਿ ਇਹ ਤਾਂ ਫਿਰ ਉਹੀ ਕੰਮ ਉਸੇ ਪਾਸੇ ਨੂੰ ਹੋ ਗਿਆ, ਬਦਲਾਅ ਥੋੜ੍ਹੀ ਹੋਇਆ, ਤੀਜਾ ਬਦਲ ਥੋੜ੍ਹੀ ਹੋ ਗਿਆ, ਸਗੋਂ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਇੱਧਰ ਆਣ ਕੇ ਆ ਗਏ ਆ। ਉਹ ਕਾਮਯਾਬ ਨਹੀਂ ਹੋਈ ਪਾਰਟੀ, 5-6% ਵੋਟ ਉਹਨੂੰ ਪਿਆ, ਪਰ ਸਥਿਤੀਆਂ ਇਹ ਬਣੀਆਂ ਕਿ 19 'ਚ ਜਾ ਕੇ ਮਨਪ੍ਰੀਤ ਬਾਦਲ ਕਾਂਗਰਸ ਵੱਲੋਂ ਚੋਣ ਲੜ ਲੈਂਦੇ ਆ। ਹੁਣ ਇਸ ਸਭ ਤੋਂ ਬਾਅਦ ਜਦੋਂ ਗੱਲ ਅੱਗੇ ਤੁਰਦੀ ਹੈ, ਅੱਗੇ ਤੁਰਦਿਆਂ ਤੁਰਦਿਆਂ ਲੋਕਾਂ ਨੂੰ ਇੱਕ ਸਮੇਂ ਲੱਗਦਾ ਕਿ ਆਮ ਆਦਮੀ ਪਾਰਟੀ ਸਾਡੇ ਲਈ ਤੀਜਾ ਬਦਲ ਹੋ ਸਕਦੀ ਹੈ। ਇਹੀ ਕਾਰਨ ਸੀ ਕਿ 14 ਦੇ ਵਿੱਚ ਜਿੱਥੇ ਮੁਲਕ ਭਰ 'ਚ ਕਿਤੇ ਕੋਈ ਠਾਰ ਨਹੀਂ ਮਿਲਦੀ ਆਮ ਆਦਮੀ ਪਾਰਟੀ ਨੂੰ, ਅਤੇ 4 MP ਬਣਦੇ ਆ ਪੰਜਾਬ ਦੇ ਵਿੱਚ। ਇਹੀ ਕਾਰਨ ਸੀ ਕਿ 2017 ਦੀਆਂ ਚੋਣਾਂ ਦੇ ਵਿੱਚ ਜਦੋਂ ਲੱਗਦਾ ਸੀਗਾ ਕਿ ਕੁਛ ਵੀ ਨਹੀਂ ਆ, ਅਤੇ ਆਮ ਆਦਮੀ ਪਾਰਟੀ 20 ਸੀਟਾਂ ਜਿੱਤਦੀ ਹੈ, ਭਾਵੇਂ ਸੱਤਾ 'ਚ ਆਉਣ ਦੀਆਂ ਵੀ ਪੂਰੀਆਂ ਸੰਭਾਵਨਾਵਾਂ ਬਣੀਆਂ ਸੀ, ਜੇ ਥੋੜ੍ਹਾ ਬਹੁਤਾ ਵੀ ਇੱਧਰ ਉੱਧਰ ਗੱਲਾਂ ਹੋ ਜਾਂਦੀਆਂ ਤਾਂ ਸੱਤਾ 'ਚ ਆ ਵੀ ਸਕਦੀ ਸੀ ਆਮ ਆਦਮੀ ਪਾਰਟੀ। ਇਹ ਚਰਚਾ ਲਗਾਤਾਰ ਸਿਖਰ 'ਤੇ ਸੀਗੇ ਜੀ। ਪਰ ਹੋਇਆ ਕਿ ਉਦੋਂ ਬਾਅਦ ਲੋਕਾਂ ਨੂੰ ਲੱਗਾ ਕਿ ਨਹੀਂ, ਆਮ ਆਦਮੀ ਪਾਰਟੀ ਦੀ ਵੀ ਉਸ ਸਮੇਂ ਤੋਂ ਬਾਅਦ ਕਾਰਗੁਜ਼ਾਰੀ, ਉਹਦੀ ਟੁੱਟ ਭੱਜ, ਬੜਾ ਕੁਝ ਹੋਇਆ, ਬੜੀਆਂ ਗੱਲਾਂ ਉਹਦੇ 'ਚੋਂ ਨਿਕਲ ਕੇ ਆਈਆਂ। ਲੋਕਾਂ ਨੂੰ ਲੱਗਾ ਕਿ ਨਹੀਂ, ਸ਼ਾਇਦ ਇਹ ਪਾਰਟੀ ਵੀ ਸਾਡਾ ਤੀਜੇ ਬਦਲ ਵਾਲਾ ਖਲਾਅ ਭਰਨ ਵਾਲੀ ਨਹੀਂ ਹੈ। ਹੁਣ ਆ ਜਦੋਂ ਅੰਦੋਲਨ ਚੱਲਿਆ ਦੀਪਿਕਾ ਜੀ, ਇਸ ਅੰਦੋਲਨ ਦੇ ਅਗਵਾਈ ਕਰਨ ਵਾਲੇ ਜਿਹੜੇ ਕਿਸਾਨ ਆਗੂ ਹੈ, ਲੋਕ ਉਹਨਾਂ ਵੱਲ ਆਸ ਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ। ਲੋਕਾਂ ਨੂੰ ਲੱਗਦਾ ਕਿ ਐਡੀ ਵੱਡੀ ਲੜਾਈ ਜਿਹਦੇ ਵਿੱਚ ਜਿੱਤ ਦੀ ਆਸ ਮਾਤਰ 1% ਹੀ, ਆਪਾਂ ਕਹਿ ਸਕਦੇ ਕਿ 99% ਦੀ ਸੀ ਕਿ ਜੰਗ ਜਿੱਤੀ ਨਹੀਂ ਜਾ ਸਕੇਗੀ ਜਦ ਤੱਕ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੂਰਨ ਬਹੁਮਤ ਵਾਲੀ ਸਰਕਾਰ ਬੈਠੀ ਹੈ। ਉਹ 1% ਤੋਂ ਉਹਨੂੰ 100% ਕਰਨ ਦੇ ਵਿੱਚ ਇਹਨਾਂ ਕਿਸਾਨ ਆਗੂਆਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਕਿ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਸਾਡੀਆਂ ਸਮੱਸਿਆਵਾਂ, ਉਹਨਾਂ ਦਾ ਹੱਲ ਕਰਨ ਲਈ ਹੋ ਸਕਦਾ ਕਿ ਕਿਸਾਨ ਆਗੂ ਜੇ ਸਿਆਸਤ 'ਚ ਆਉਣ ਤਾਂ ਸਾਡੇ ਲਈ ਚੰਗੀ ਠਾਰ ਬਣ ਸਕਦੇ, ਸਾਡੇ ਮਸਲਿਆਂ ਦਾ ਹੱਲ ਕਰ ਸਕਦੇ ਨੇ। ਹੁਣ ਉਹਨਾਂ ਸਾਰੀਆਂ ਸੰਭਾਵਨਾਵਾਂ ਦੇ ਵਿੱਚ ਬਲ ਇੱਕ ਇਸ ਤਰੀਕੇ ਦਾ ਮਿਲਣਾ ਸ਼ੁਰੂ ਹੋ ਜਾਂਦਾ ਜਦੋਂ ਗੁਰਨਾਮ ਸਿੰਘ ਚੜੂਨੀ ਕਹਿੰਦੇ ਕਿ ਆਪਾਂ ਤਾਂ ਪਾਰਟੀ ਬਣਾ ਲਈ ਲਗਭਗ, ਅਤੇ ਪੰਜਾਬ ਦੇ ਵਿੱਚ ਚੋਣ ਪ੍ਰਕਿਰਿਆ ਆਪਾਂ ਤਾਂ ਸ਼ੁਰੂ ਕਰਨ ਲੱਗੇ, ਸਰਗਰਮੀਆਂ ਦਿਖਾਉਣ ਲੱਗੇ ਆ। ਫਿਰ ਚਰਚਾ ਚੱਲਦੀ ਬਲਬੀਰ ਸਿੰਘ ਰਾਜੇਵਾਲ ਹੋਰੀ ਵੀ ਗਰਮ ਹਨ, ਫਿਰ ਚਰਚਾ ਚੱਲਦੀ ਹੈ ਕਿ ਕੁਝ ਹੋਰ ਜਥੇਬੰਦੀਆਂ ਨੇ ਵੀ ਇਹ ਵਿਉਂਤਬੰਦੀ ਘੜਨੀ ਸ਼ੁਰੂ ਕਰ ਦਿੱਤੀ ਹੈ, ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋਏਗੀ, ਕਿ ਸਿਆਸਤ ਦੇ ਵਿੱਚ ਪੱਕੇ ਤੌਰ 'ਤੇ ਆਪਣੀ ਧਿਰ ਬਣਾ ਕੇ ਅਸੀਂ ਮੈਦਾਨ 'ਚ ਨਿੱਤਰਨਾ ਆ, ਹਾਰ ਜਿੱਤ ਸਾਰੀ ਇੱਕ ਪਾਸੇ, ਅਸੀਂ ਹੁਣ ਨੀਤੀ ਘਾੜਿਆਂ ਦੇ ਵਿੱਚ ਸ਼ਾਮਿਲ ਹੋਣਾ ਆ, ਨੀਤੀਆਂ ਦੇ ਸ਼ਿਕਾਰ ਨਹੀਂ ਬਣਨਾ ਜੀ, ਨੀਤੀਆਂ ਦਾ ਜਿਹੜਾ ਆ ਉਹ ਸਾਡੇ ਉੱਤੇ ਬੋਝ ਨਹੀਂ ਹੋਣਾ ਚਾਹੀਦਾ, ਬਲਕਿ ਅਸੀਂ ਆਪਣੇ ਲਈ ਆਪ ਨੀਤੀਆਂ ਘੜਨ ਵਾਲੇ ਬਣਾਉਣਾ। ਇਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰੀਕੇ ਦੇ ਬਦਲਾਅ ਹੋਣ ਦੀਆਂ ਸੰਭਾਵਨਾਵਾਂ ਆ। ਚਰਚਾ ਇਹ ਚੱਲ ਰਹੀ ਹੈ ਕਿ 2-4 ਦਿਨ ਦੇ ਇੰਤਜ਼ਾਰ ਤੋਂ ਬਾਅਦ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਕੋਈ ਇਹੋ ਜਿਹਾ ਐਲਾਨ ਕਰ ਦੇਵੇ ਜਿਸ ਐਲਾਨ ਦੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੀ ਕੋਈ ਪਾਰਟੀ ਮਿਲ ਜਾਵੇ ਜੀ। ਪਰ ਜੇ ਦੂਜੇ ਪਾਸੇ ਆਪਾਂ ਇਹ ਚਰਚਾ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਿਸੇ ਪਾਰਟੀ ਦੇ ਚਿਹਰੇ ਬਣ ਕੇ ਮੈਦਾਨ 'ਚ ਨਿਤਰਨਗੇ,
ਜਿੱਦਾਂ ਆਮ ਚਰਚਾ ਚੱਲਦੀ ਬਲਬੀਰ ਸਿੰਘ ਰਾਜੇਵਾਲ ਦੀ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਮੈਨੂੰ ਲੱਗਦਾ ਕਿ ਉੱਥੇ ਬਹੁਤ ਸਾਰੀਆਂ ਦਿੱਕਤਾਂ ਦਰਪੇਸ਼ ਆਉਣਗੀਆਂ ਕਿ ਪਿੰਡਾਂ ਥਾਵਾਂ ਦੇ ਲੋਕ ਕਹਿਣਗੇ ਕਿ ਜਿਹਨਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਭਜਾਇਆ ਸੀ ਇਸੇ ਕਿਸਾਨ ਅੰਦੋਲਨ ਦਾ ਕਰਕੇ, ਇਸੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂ ਜਿਹੜੇ ਜੇ ਉਸੇ ਸਿਆਸੀ ਪਾਰਟੀ ਦੇ ਵਿੱਚ ਆਉਣਗੇ ਤੇ ਅਸੀਂ ਉਹਨਾਂ ਨੂੰ ਕਿਹੜੇ ਮੂੰਹ ਨਾਲ ਜੀਆਂ ਆਖਾਂਗੇ। ਮਨਜੀਤ ਸਿੰਘ ਬਿਲਾਸਪੁਰ ਨੂੰ ਭਜਾਇਆ ਸੀ ਨਾ ਆਮ ਆਦਮੀ ਪਾਰਟੀ ਵਾਲੇ ਨੂੰ, ਸੋ ਇਸ ਕਰਕੇ ਜੇ ਆਮ ਆਦਮੀ ਪਾਰਟੀ 'ਚ ਜਾਂਦੇ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾਂਦੇ ਤਾਂ ਫਿਰ ਆਗੂਆਂ ਦੇ ਵਾਸਤੇ ਵੀ ਸਥਿਤੀਆਂ ਕੋਈ ਬਹੁਤੀਆਂ ਸੁਖਾਲੀਆਂ ਨਹੀਂ ਹੋਣਗੀਆਂ, ਪੰਜਾਬ ਦੇ ਲੋਕ ਵੀ ਦੁਚਿੱਤੀ 'ਚ ਰਹਿਣਗੇ। ਇਸ ਕਰਕੇ ਦੀਪਕਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈ ਜਾਣਗੇ ਅਤੇ ਉਹ ਫੈਸਲੇ ਪੰਜਾਬ ਦੀ ਸਿਆਸਤ ਨੂੰ ਸੱਤਾ 'ਚ ਆਉਂਦੇ ਆ ਤਾਂ ਵੀ ਪ੍ਰਭਾਵਿਤ ਕਰਨਗੇ, ਕਿਸਾਨ ਸੱਤਾ 'ਚ ਨਹੀਂ ਆਉਂਦੇ ਜਾਂ ਸਿਆਸਤ 'ਚ ਨਹੀਂ ਆਉਂਦੇ ਤਾਂ ਵੀ ਪ੍ਰਭਾਵਿਤ ਕਰਨਗੇ। ਬਾਹਰ ਰਹਿ ਕੇ ਕਿਹਦਾ ਹੱਕ ਪੂਰਦੇ ਆ, ਕਿਹਦਾ ਵਿਰੋਧ ਕਰਦੇ ਆ ਤਾਂ ਵੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ। ਕੋਈ ਇੱਕ ਚਿਹਰਾ ਸਿਆਸੀ ਪਾਰਟੀ ਦੇ ਵਿੱਚ ਆਉਂਦਾ ਤੇ ਉਹ ਵੀ ਪ੍ਰਭਾਵਿਤ ਕਰੇਗਾ ਪੰਜਾਬ ਦੀ ਸਿਆਸਤ ਨੂੰ। ਜੇ ਜਥੇਬੰਦੀਆਂ ਆਪਣੀ ਧਿਰ ਬਣਾ ਕੇ ਨਿੱਤਰਦੀਆਂ ਨੇ ਤਾਂ ਉਹ ਵੀ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰੇਗਾ। ਮਤਲਬ ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੇਂਦਰੀ ਬਿੰਦੂ ਰਹੇਗਾ ਹੀ ਰਹੇਗਾ ਜੀ। ਬਿਲਕੁਲ, ਤਾਂ ਪੰਜਾਬ ਦੇ ਪੱਖ ਦੇ ਮੁੱਦਿਆਂ ਉੱਤੇ ਚਰਚਾ ਅੱਗੇ ਵੀ ਜਾਰੀ ਰੱਖਾਂਗੇ। ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।